ਹਾਂਜੀ ETT 1st year ਦੀ 4th class to English ਦੇ ਇਸ ਵੀਟਾ ਦਾ ਅੱਜ ਦਾ ਸਵਾਗਤ ਹੈ। ਇਸ ਤੋਂ ਪਹਿਲਾਂ ਆਪਣੀ 3 ਕਲਾਸਿਸ ਹੋ ਚੁੱਕੀਆਂ ਹਨ ਜੇਕਰ ਤੁਸੀਂ ਉਹ ਨਹੀਂ ਦੇਖਿਆ ਤਾਂ ਉਹ ਜ਼ਰੂਰ ਦੇਖ ਲਿਓ। ਹਾਂਜੀ ਪਿਛਲੀ ਕਲਾਸ ਵਿੱਚ ਆਪਾਂ ਕੀਤਾ ਸੀ 1st lesson ਦਾ ਇੰਟਰੋਡਕਸ਼ਨ, ਮੀਨਿੰਗ ਆਫ ਲੈਂਗੁਏਜ, ਨੇਚਰ ਆਫ ਲੈਂਗੁਏਜ ਤੇ ਅੱਜ ਦੀ ਜੋ ਆਪਣੀ ਕਲਾਸ ਹੈ ਇਸ ਵਿੱਚ ਆਪਾਂ ਇੰਪੋਰਟੈਂਸ ਆਫ ਲੈਂਗੁਏਜ, 1st ਲੈਂਗੁਏਜ, 2nd ਲੈਂਗੁਏਜ ਔਰ ਫੋਰਨ ਲੈਂਗੁਏਜ ਕਰਾਂਗੇ। ਇਹ ਤੁਹਾਡੇ 3 ਮਾਰਕਸ ਦੇ ਕੁਸ਼ਨ ਇੱਥੋਂ ਆਏ ਗਏ। ਸ਼ੋਰ ਹੀ ਆ ਫਰਸਟ ਲੈਸਨ ਚ ਇੱਕ ਕੁਸ਼ਨ 3 ਮਾਰਕਸ ਦਾ ਆਉਂਦਾ ਹੀ ਹੈ ਫਰਸਟ ਯੂਨਿਟ ਬਾਰੇ ਤੁਹਾਨੂੰ ਥੋੜਾ ਦੱਸ ਦਵਾਂ ਫਰਸਟ ਯੂਨਿਟ ਵਿੱਚ ਚਾਰ ਲੈਸਨ ਹਨ ਜੋ ਆਪਾਂ ਲਗਾਤਾਰ ਇਸ ਤੋਂ ਬਾਅਦ ਕਵਰ ਕਰਦਾਂਗੇ ਸੈਕੰਡ ਲੈਸਨ ਜੋ ਇਹ ਵਾਲਾ ਥਰਡ ਔਰ ਫੋਰਥ ਲੈਸਨ ਹਾਂਜੀ ਅੱਜ ਦੀ ਜੋ ਆਪਣੀ ਕਲਾਸ ਹੈ ਉਹ ਦੇਖ ਲਓ ਤੁਸੀਂ ਇੰਪੋਰਟੈਂਸ ਆਫ ਲੈਂਗੁਏਜ ਇੰਪੋਰਟੈਂਸ ਕੀ ਹੈ ਲੈਂਗੁਏਜ ਦੀ ਇਸ ਤੋਂ ਪਹਿਲਾਂ ਤੁਸੀਂ ਜੇਕਰ ਥਰਡ ਕਲਾਸ ਨਹੀਂ ਦੇਖੀ ਤਾਂ ਉਹ ਜ਼ਰੂਰ ਦੇਖ ਲਓ ਉਸ ਤੋਂ ਬਾਅਦ ਤੁਹਾਨੂੰ ਇਸ ਦੀ ਸਮਝ ਆਵੇਗੀ ਦਾ ਇੰਪੋਰਟੈਂਸ ਆਫ ਲੈਂਗੁਏਜ ਫਾਰ ਮੈਨ ਐਂਡ ਸੋਸਾਇਟੀ ਕੈਨ ਨਾਟ ਬੀ ਮਿਨੀਮਾਈਜ਼ਡ ਹਾਂਜੀ ਇੰਪੋਰਟੈਂਸ ਜੋ ਮਤਵ ਹੈ ਲੈਂਗੁਏਜ ਦਾ ਕਿੰਦੇ ਲਈ ਮੈਨ ਲਈ ਫਾਰ ਮੈਨ ਐਂਡ ਸੋਸਾਇਟੀ ਲਈ ਕੈਨ ਨਾਟ ਬੀ ਮਿਨੀਮਾਈਜ਼ਡ ਉਹਨੂੰ ਕੱਟ ਨਹੀਂ ਕੀਤਾ ਜਾ ਸਕਦਾ ਐਜ਼ ਅ ਪਰਸਨਲ ਥਿੰਗ ਐਜ਼ ਅ ਪਰਸਨਲ ਥਿੰਗ ਦੇ ਤੌਰ ਤੇ ਲੈਂਗੁਏਜ ਨੋਟ ਓਨਲੀ ਅ ਮੋਡ ਆਫ ਕਮਿਊਨੀਕੇਸ਼ਨ ਲੈਂਗੁਏਜ ਮੋਡ ਨਹੀਂ ਹੈ ਕਮਿਊਨੀਕੇਸ਼ਨ ਦਾ ਬਟਵੀਨ ਇੰਡੀਵਿਜੂਅਲਸ ਬਟ ਇਸ ਆਲਸੋ ਏ ਵੇ ਫੋਰ ਦਾ ਐਕਸਪ੍ਰੈਸ਼ਨ ਆਫ देयर पर्सनालिटी हां जी वे है एक तरीका है एक्सप्रेशन ਕਰਨ ਦਾ पर्सनालिटी ऑफ देयर पर्सनालिटी ਆ ਉਹਨਾਂ ਦੀ पर्सनालिटी ਦੇ ਐਕਸਪ੍ਰੈਸ਼ਨ ਦਾ ਵੀ ਇੱਕ ਤਰੀਕਾ ਹੈ ਐਸ ਚਮੋਸਕੀ ਪ੍ਰੂਵਸ ਦਾ ਪਰਪਸ ਆਫ ਲੈਂਗੁਏਜ ਹੀ ਸੈਡ ਦਾ ਪਰਪਸ ਆਫ ਲੈਂਗੁਏਜ ਇਜ਼ ਫੋਰ ਕਮਿਊਨੀਕੇਸ਼ਨ ਉਸ ਚਮੋਸਕੀ ਨੇ ਕੀ ਕਹਾਈ ਪਰਪਸ ਕੀ ਲੈਂਗੁਏਜ ਦਾ ਮਕਸਦ ਕੀ ਹੈ ਕਮਿਊਨੀਕੇਸ਼ਨ ਲਈ ਹੈ the following point clearly show the importance of language in our country and third ma swiche question aa sakda hai importance of language what is importance of language is liye tusi e point changi tarah dekh lo andar jo thoda bahut tusi change vi likh sakde ho baad vich video ton nah, mai notes karavange easy language vich last class te onde vich vi mai tan dass dawanga hi vehicle of thoughts ਲੈਂਗੁਏਜ ਕੀ ਲੈਂਗੁਏਜ ਇਜ਼ ਦਾ ਵਹੀਕਲ ਆਫ ਥੌਟਸ ਵਹੀਕਲ ਐਕ ਥੌਟਸ ਦਾ ਜੋ ਲੈਂਗ ਥੌਟਸ ਨੂੰ ਅੱਗੇ ਲੈ ਕੇ ਜਾਂਦਾ ਹੈ ਹਿਊਮਨ ਬੀਇੰਗਸ ਥਿੰਕ ਥਰੋ ਲੈਂਗੁਏਜ ਹਿਊਮਨ ਬੀਇੰਗਸ ਜਿਹੜੇ ਥਿੰਕ ਸੋਚਦੇ ਹਨ ਕਹਿੰਦੇ ਰਹੀ ਲੈਂਗੁਏਜ ਰਾਈ ਥੌਟ ਇਜ਼ ਕਾਲਡ ਸਬਵੋਕੈਬ ਵੋਕੈਲ ਸਪੀਚ ਦਾ ਥਿੰਕਿੰਗ ਪਰਪਸ ਇਜ਼ ਡਿਸਟ੍ਰਿਬਿਊਟਿਡ ਇਫ ਦਾ ਇੰਡੀਵਿਜੂਅਲ ਹੈਜ਼ ਡੈਫਿਸ਼ੈਂਸੀ ਇਨ ਲੈਂਗੁਏਜ ਹਾਂਜੀ ਜੋ ਵੀ ਥਾਟ ਇਜ਼ ਕਾਲਡ ਸਬਕੈਪ ਸਪੀਚ ਕਹਿੰਦੇ ਹਨ ਦਾ ਥਿੰਕਿੰਗ ਪ੍ਰੋਸੈਸ ਇਜ਼ ਡਿਸਟ੍ਰਿਬਿਊਟਡ ਜੋ ਥਿੰਕਿੰਗ ਦਾ ਸੋਚਣ ਦਾ ਪ੍ਰੋਸੈਸ ਹੈ ਡਿਸਟ੍ਰਿਬਿਊਟ ਕਰਦਾ ਹੈ ਇਫ ਦਾ ਇੰਡੀਵਿਜੂਅਲ ਹੈਜ਼ ਅ ਡੈਫੀਸੈਂਸੀ ਇਨ ਲੈਂਗੁਏਜ ਜੋ ਵੀ ਵਿਅਕਤੀ ਹੈ ਉਹ ਇਨ ਲੈਂਗੁਏਜ ਵਿੱਚ ਡੈਫੀਸੈਂਸੀ ਹੈ ਅਗਲਾ ਇ మీడియం ਆਫ ਐਕਸਪ੍ਰੈਸ਼ਨ ਐਕਸਪ੍ਰੈਸ਼ਨ ਦਾ మీడియం ਹੈ ਲੈਂਗੁਏਜ ਹੀ ਐਕਸਪ੍ਰੈਸ਼ਨ ਕੀ ਹੁੰਦਾ ਹੈ ਲੈਂਗੁਏਜ ਇਜ਼ ਲਾਈਕ ਅ ਵਹੀਕਲ 댓 ਵੀ ਯੂਜ਼ ਇਨ ਪ੍ਰੈਜ਼ੈਂਟਿੰਗ ਆਵਰ ਆਈਡੀਆਸ ਆਫ ਸਾਡੇ ਆਈਡੀਆਸ ਨੂੰ ਪ੍ਰੈਜ਼ੈਂਟ ਕਰਨ ਲਈ ਥੌਟਸ ਵਿਚਾਰਾਂ ਨੂੰ ਫੀਲਿੰਗਸ ਜੋ ਵੀ ਆਪਣਾ ਫੀਲਿੰਗ ਹੈ ਐਂਡ ਓਪੀਨੀਅਨ ਟੂ ਦਾ ਵਰਲਡ ਜੋ ਵੀ ਆਪਣੀ ਓਪੀਨੀਅਨ ਹੈ ਟੂ ਦਾ ਵਰਲਡ ਵਰਲਡ ਵਾਸਤੇ ਲੈਂਗੁਏਜ ਗਿਵਸ ਏ ਕਪੈਸਿਟੀ ਫੋਰ ਕਨਵੇਇੰਗ ਆਈਡੀਆਸ ਅਬਾਊਟ ਏ ਗ੍ਰੇਟ ਵੈਰਾਈਟੀ ਆਫ ਥਿੰਗਸ ਲੈਂਗੁਏਜ ਹੀ ਕੰਪੈਸਿਟੀ ਇੱਕ ਯੋਗਤਾ ਦਿੰਦਾ ਸਾਨੂੰ ਆਈਡੀਆਸ ਲਈ ਅਬਾਊਟ ਏ ਗ੍ਰੇਟ ਵੈਰਾਈਟੀ ਆਫ ਥਿੰਗਸ ਜੋ ਵੀ ਥਿੰਗਸ ਹਨ ਗ੍ਰੇਟ ਜੋ ਵੀ ਥਿੰਗਸ ਹਨ ਉਨ੍ਹਾਂ ਦੇ ਆਈਡੀਆ ਬਾਰੇ ਲੈਂਗ ਲੈਂਗੁਏਜ ਸਾਨੂੰ ਕੀ ਕਪੈਸਿਟੀ ਜਾਂ ਯੋਗਤਾ ਪ੍ਰਦਾਨ ਕਰਦੀ ਹੈ ਇਨ ਟਾਈਮਸ ਵੈਨ देयर वाज नो ਲੈਂਗੁਏਜ ਕਹਿੰਦੇ ਉਹ ਟਾਈਮ ਸੀ ਜਦੋਂ ਕੋਈ ਲੈਂਗੁਏਜ ਨਹੀਂ ਸੀ द ਆਈਡੀਆਸ ਵਰ ਟ੍ਰਾਂਸਮਿਟਡ ਬਾਈ ਸਾਈਨਸ ਔਰ ਕ੍ਰਾਈਸ ਵਿੱਚ ਵਰ ਨੋਟ ਈਜ਼ੀ ਟੂ ਇੰਟਰਪ੍ਰੀਟ ਹਾਂਜੀ ਜੋ ਵੀ ਜਦੋਂ ਲੈਂਗੁਏਜ ਨਹੀਂ ਸੀ ਤਾਂ ਉਦੋਂ ਆਈਡੀਆ ਕਿੰ ਟ੍ਰਾਂਸਮਿਟ ਕਿਵੇਂ ਕਰਦੇ ਸੀ ਅੱਗੇ ਕਿਵੇਂ ਹੁੰਦੇ ਸੀ ਬਾਈ ਸਾਈਨਸ ਔਰ ਕ੍ਰਾਈਸ ਵਿੱਚ ਵਾਰ ਨੋਟ ਈਜ਼ੀ ਟੂ ਇੰਟਰਪ੍ਰੇਟ ਜਿਸ ਨੂੰ ਪੜ੍ਹਨਾ ਜਾਂ ਸਮਝਣਾ ਈਜ਼ੀ ਨਹੀਂ ਸੀ ਕਈ ਤਾਂ ਅਜੇ ਵੀ ਐਵੇਂ ਦੇ ਸਾਈਨ ਆ ਨਹੀਂ ਇਤਿਹਾਸ ਵਿੱਚ ਜਿਨ੍ਹਾਂ ਨੂੰ ਅਜੇ ਤੱਕ ਵੀ ਕੋਈ ਸਮਝ ਨਹੀਂ ਪਾਇਆ ਹੈ ਮੈਨ ਫੈਲਟ ਗ੍ਰੇਟ ਡਿਫਿਕਲਟੀ ਇਨ ਦਾ ਕਲੀਅਰ ਐਕਸਪ੍ਰੈਸ਼ਨ ਆਫ ਸਟੇਟ ਆਫ ਓਮੇਸ਼ਨਸ ਹਾਂਜੀ ਮੈਨ ਫੈਲਟ ਗ੍ਰੇਟ ਡਿਫਿਕਲਟੀ ਡਿਫਿਕਲਟੀ ਆਉਂਦੀ ਉਸ ਨੂੰ ਬਹੁਤ ਜ਼ਿਆਦਾ ਇਨ ਦਾ ਕਲੀਅਰ ਐਕਸਪ੍ਰੈਸ਼ਨ ਆਫ ਸਟੇਟ ਆਫ ਇਮੋਸ਼ਨ ਇਮੋਸ਼ਨ ਦੇ ਸਟੇਟ ਵਿੱਚ ਬੰਦਿਆਂ ਦੇ ਇਮੋਸ਼ਨ ਸਮਝਣ ਲਈ ਬਟ ਵਿਦ ਦਾ ਇਨਵੀਟੇਸ਼ਨ ਆਫ ਲੈਂਗੁਏਜ ਜਦੋਂ ਵੀ ਲੈਂਗੁਏਜ ਦੀ ਇਨਵੀਟੇਸ਼ਨ ਹੋਈ ਖੋਜ ਹੋਈ ਨਾਓ ਏ ਨੰਬਰ ਆਫ ਆਈਡੀਆਸ ਐਂਡ ਸਟੇਜਸ ਆਫ ਇਮੋਸ਼ਨਸ ਕੈਨ ਬੀ ਕਨਵੇਇਡ ਇਨ ਐਨ ਈਜ਼ੀ ਐਂਡ ਸਿੰਪਲ ਵੇ ਤੇ ਇਸ ਦੇ ਨਾਲ ਹੀ ਹੁਣ ਕੀ ਹੋ ਗਿਆ ਆਈਡੀਆ ਤੇ ਸਟੇਜਸ ਆਫ ਇਮੋਸ਼ਨ ਕੈਨ ਬੀ ਸਮਝੇ ਜਾ ਸਕਦੇ ਹਨ ਇਨ ਈਜ਼ੀ ਐਂਡ ਸਿੰਪਲ ਵੇ ਸਧਾਰਨ ਤਰੀਕੇ ਨਾਲ ਸੌਖੇ ਤਰੀਕੇ ਨਾਲ ਮੀਡੀਅਮ ਆਫ ਕਮਿਊਨੀਕੇਸ਼ਨ ਲੈਂਗੁਏਜ ਕੀ ਮੀਡੀਅਮ ਹੈ ਕਮਿਊਨੀਕੇਸ਼ਨ ਦਾ ਸੰਚਾਰ ਦਾ ਲੈਂਗੁਏਜ ਇਜ਼ ਐਨ ਐਕਸਟ੍ਰੀਮਲੀ ਇੰਪੋਰਟੈਂਟ ਵੇ ਆਫ ਇੰਟਰੈਕਟਿੰਗ ਵਿਦ ਦਾ ਪੀਪਲ ਅਰਾਊਂਡ ਅਸ ਜੋ ਵੀ ਪੀਪਲ ਹਨ ਆਪਣੇ ਸਾਹਮਣੇ ਸਾਹਮਣੇ ਉਹਨਾਂ ਨਾਲ ਇੰਟਰੈਕਟ ਕਰਨ ਲਈ ਬੋਲਣ ਵਾਸਤੇ ਗੱਲਬਾਤ ਕਰਨ ਲਈ ਇੱਕ ਕੀ ਹੈ ਐਕਸਟ੍ਰੀਮਲੀ ਇੰਪੋਰਟੈਂਟ ਵੇ ਹੈ ਜੀ ਤ੍ਰਿਕਾ ਹੈ ਇੱਕ ਬਹੁਤ ਹੀ ਮਹੱਤਵਪੂਰਨ ਵਿਦਆਊਟ ਲੈਂਗੁਏਜ ਲੈਂਗੁਏਜ ਤੋਂ ਬਿਨਾ ਵੀ ਕੈਨ ਨਾਟ ਕਮਿਊਨੀਕੇਟ ਵਿਦ ਪੀਪਲ ਆਪਾਂ ਪੀਪਲ ਨਾਲ ਕਮਿਊਨੀਕੇਟ ਨਹੀਂ ਕਰ ਸਕਦੇ ਵਿਦ ਦਾ ਐਡਵਾਂਟ ਆਫ ਦਾ ਕਨਸੈਪਟ ਆਫ ਗਲੋਬਲਾਈਜੇਸ਼ਨ ਜਦੋਂ ਵੀ ਗਲੋਬਲਾਈਜੇਸ਼ਨ ਵਧਿਆ ਹੈ ਪੀਪਲ ਆਲ ਓਵਰ ਦਾ ਗਲੋਬ ਕਮਿਊਨੀਕੇਟ ਵਿਦ ਈਚ ਅਦਰ ਗਲੋਬ ਮਤਲਬ ਪੂਰੇ ਵਿਸ਼ਵ ਦੇ ਜੋ ਵੀ ਪੀਪਲ ਹਨ ਲੋਕ ਹਨ ਕਮਿਊਨੀਕੇਟ ਕਰਨ ਲੱਗੇ ਵਿਦ each ਇੱਕ ਦੂਜੇ ਨਾਲ ਐਂਡ ਐਕਸਚੇਂਜ देयर ਆਈਡੀਆਸ ਤੇ ਇੱਕ ਦੂਜੇ ਦੇ ਆਈਡੀਆ ਜੋ ਹੈ ਐਕਸਚੇਂਜ ਕਰਨ ਲੱਗੇ ਆਪਦੇ ਆਈਡੀਆ ਆਈਡੀਆਸ ਵਿਚਾਰ ਲੈਂਗੁਏਜ ਹੈਜ਼ ਬੀਕਮ ਅ ਮੇਜਰ ਟੂਲ ਆਫ ਕਮਿਊਨੀਕੇਸ਼ਨ ਬਿਟਵੀਨ ਕੰਟਰੀਸ ਕਲਚਰਲ ਗਰੁੱਪਸ ਵੈਰੀਅਸ ਕੰਪਨੀਸ ਐਂਡ ਆਰਗੇਨਾਈਜੇਸ਼ਨ ਕਮਿਊਨਿਟੀਸ ਐਂਡ ਫਰੈਂਡਸ ਹਾਂਜੀ ਇਸ ਲੈਣ ਵਿੱਚ ਕੀ ਕਿਹਾ ਉਹਨਾਂ ਨੇ ਲੈਂਗੁਏਜ ਹੈਜ਼ ਅ ਬੀਕਮ ਮੇਜਰ ਟੂਲ ਇੱਕ ਵੱਡਾ ਸਾਧਨ ਹੈ ਆਫ ਕਮਿਊਨੀਕੇਸ਼ਨ ਕਮਿਊਨੀਕੇਸ਼ਨ ਸੰਚਾਰ ਦਾ ਬਿਟਵੀਨ ਕਿੰਦੇ ਵਿੱਚ ਕੰਟਰੀਸ ਵਿੱਚ ਕਲਚਰ ਵਿੱਚ ਕਲਚਰ ਗਰੁੱਪ ਹੋ ਗਏ ਵੈਰੀਅਸ ਕੰਪਨੀਆਂ ਹੋ ਗਈਆਂ ਐਂਡ ਆਰਗੇਨਾਈਜੇਸ਼ਨ ਹੋ ਗਏ ਕਮਿਊਨिटीज ਹੋ ਗਏ ਸਮਾਜ ਹੋ ਗਏ ਐਂਡ ਫਰੈਂਡਸ ਦੋਸਤ ਹੋ ਗਏ ਫੋਰਥ ਪੁਆਇੰਟ ਆਪਣਾ ਕਮਿਊਨੀਕੇਸ਼ਨ ਵਿਦ ਅਦਰ ਕੰਟਰੀਜ਼ ਦੂਸਰੀਆਂ ਕੰਟਰੀਆਂ ਨਾਲ ਗੱਲਬਾਤ ਕਰਨ ਲਈ ਡਿਫਰੈਂਟ ਕੰਟਰੀਜ਼ ਕਮਿਊਨੀਕੇਟ ਵਿਦ ਈਚ ਅਦਰ ਥਰੋ ਲੈਂਗੁਏਜ ਓਨਲੀ ਹਾਂਜੀ ਕਈ ਕੰਟਰੀਆਂ ਨੇ ਜੋ ਡਿਫਰੈਂਟ ਕੰਟਰੀਆਂ ਅਲਗ-ਅਲਗ ਕੰਟਰੀਆਂ ਉਹਨਾਂ ਕਮਿਊਨੀਕੇਟਸ ਇੱਕ ਦੂਜੇ ਨਾਲ ਗੱਲਬਾਤ ਕਿਵੇਂ ਕਰਦੀਆਂ ਨੇ ਲੈਂਗੁਏਜ ਦੇ ਰਾਹੀਂ ਇੰਟਰਨੈਸ਼ਨਲ ਕਮਿਊਨਿਟੀਸ ਐਕਸਚੇਂਜ ਦੇ ਰਿਵਿਊਜ਼ ਥਰੋ ਇੰਗਲਿਸ਼ ਲੈਂਗੁਏਜ ਇੰਗਲਿਸ਼ ਲੈਂਗੁਏਜ ਜ਼ਿਆਦਾਤਰ ਵਰਤੀ ਜਾਂਦੀ ਇੰਟਰਨੈਸ਼ਨਲ ਕਮਿਊਨਿਟੀ ਲਈ ਬਿਕੋਜ਼ ਇੰਗਲਿਸ਼ ਇਜ਼ ਐਨ ਇੰਟਰਨੈਸ਼ਨਲ ਲੈਂਗੁਏਜ ਕਿਉਂਕਿ ਇੰਗਲਿਸ਼ ਨੂੰ ਇੰਟਰਨੈਸ਼ਨਲ ਲੈਂਗੁਏਜ ਦਾ ਦਰਜਾ ਮਿਲਿਆ ਹੋਇਆ ਹੈ 5 ਪੁਆਇੰਟ ਮੋਰਲ ਡਿਵੈਲਪਮੈਂਟ ਮੋਰਲ ਨੈਤਿਕ ਲੈਂਗੁਏਜ ਇਜ਼ ਆਲਸੋ ਕਨੈਕਟਡ ਟੂ ਮੋਰਲ ਡਿਵੈਲਪਮੈਂਟ ਆਫ ਅ ਚਾਈਲਡ ਲੈਂਗੁਏਜ ਕੀ ਕਨੈਕਟਡ ਹੁੰਦੀ ਜੁੜੀ ਹੁੰਦੀ ਹੈ ਮੋਰਲ ਡਿਵੈਲਪਮੈਂਟ ਆਫ ਅ ਚਾਈਲਡ ਨੈਤਿਕ ਵਿਕਾਸ ਲਈ ਬੱਚੇ ਦੇ ਦਾ ਪਰਪਸ ਬਿਕੇਨਸ ਵੈਨ ਦਾ ਚਾਈਲਡ ਇਜ਼ ਅਬਾਊਟ 18 ਮੰਥ 올ਡ ਜਦੋਂ 18 ਮਹੀਨਿਆਂ ਦਾ ਬੱਚਾ ਹੁੰਦਾ ਹੈ ਉਹਦੇ ਹੀ ਪ੍ਰੋਸੈਸ ਸ਼ੁਰੂ ਹੋ ਜਾਂਦਾ ਕਹਿੰਦੇ ਦਾ ਚਾਈਲਡ ਲਰਨਸ ਦਾ ਰਾਈਟ ਐਂਡ ਰੋਂਗ ਬਾਏ ਲਿਸਨਿੰਗ ਟੂ ਵਾਟ ਇਜ਼ ਪੇਰੈਂਟਸ ਔਰ ਅਦਰ ਅਡਲਟ ਔਰ ਸੀ ਟੈਲ ਹਿਮ ਜੋ ਵੀ ਬੱਚੇ ਚੰਗਾ ਜਾਂ ਬੁਰਾ ਸਿੱਖਦੇ ਹਨ ਉਹ ਕਿੰਨਾਂ ਵਾਰੀ ਸਿੱਖਦੇ ਹਨ ਬਾਏ ਲਿਸਨਿੰਗ ਸੁਣ ਕੇ ਕਿੰਨਾਂ ਨੂੰ ਆਪਣੇ ਪੇਰੈਂਟਸ ਵਾਟ ਇਜ਼ ਪੇਰੈਂਟਸ ਔਰ ਅਦਰ ਅਡਲਟ ਔਰ ਸੀ ਟੈਲਸ ਜੋ ਵੀ ਵੱਡੇ ਹਨ ਉਹਨਾਂ ਨੂੰ ਜਿਸ ਬਾਰੇ ਦੱਸਦੇ ਹਨ ਉਸ ਤਰ੍ਹਾਂ ਹੀ ਉਹ ਸਿੱਖਦੇ ਹਨ ਪਰਸਨੈਲਿਟੀ ਡਿਵੈਲਪਮੈਂਟ 6. ਲੈਂਗੁਏਜ ਐਡਸ ਇਨ ਡਿਵੈਲਪਿੰਗ ਐਂਡ ਗ੍ਰੋਮਿੰਗ ਵਨਸ ਪਰਸਨੈਲਿਟੀ ਐਜ਼ ਅ ਹੋਲ ਸੈਂਸ ਲਰਨਿੰਗ ਅ ਲੈਂਗੁਏਜ ਇਜ਼ ਅ ਪਾਰਟ ਆਫ ਵਨਸ ਨੋਲਿਜ ਹਾਂਜੀ ਲੈਂਗੁਏਜ ਐਡਸ ਕੀ ਕਹਿੰਦੇ ਹਨ ਡਿਵੈਲਪਿੰਗ ਐਂਡ ਗ੍ਰੋਮਿੰਗ ਵਨਸ ਪਰਸਨੈਲਿਟੀ ਇੱਕ ਇੱਕ ਪਰਸਨੈਲਿਟੀ ਨੂੰ ਡਿਵੈਲਪ ਕਰਦੇ ਐਜ਼ ਅ ਹੋਲ ਸੈਂਸ ਲਰਨਿੰਗ ਅ ਲੈਂਗੁਏਜ ਜੋ ਵੀ ਲਰਨਿੰਗ ਲੈਂਗੁਏਜ ਹੈ ਇਸ ਪਾਰਟ ਆਫ ਵਨਸ ਨੋਲੇਜ ਇਹ ਆਪਣੀ ਇੱਕ ਨੋਲੇਜ ਵਾਧਾਈ ਹੈ ਇਟ ਬੀਕਮਸ ਵਨ ਆਫ ਦਾ ਕੀ ਫੈਕਟਰ ਇਨ ਦਾ ਕੰਪੀਟੀਟਿਵਨਸ ਇਹ ਕੀ ਫੈਕਟਰ ਇੱਕ ਮਾਸਟਰ ਸਟ੍ਰੋਕ ਦੀ ਤਰ੍ਹਾਂ ਸਾਬਿਤ ਹੁੰਦਾ ਹੈ ਜੋ ਵੀ ਕੰਪੀਟੀਸ਼ਨ ਦਾ ਅੱਜ ਕੱਲ੍ਹ ਯੁੱਗ ਚੱਲ ਰਿਹਾ ਹੈ ਇਨ ਦਾ ਐਡਵਾਂਸਡ ਇੰਡਸਟਰੀਅਲ ਸੋਸਾਇਟੀ ਆਫ ਟੂਡੇ ਅੱਜ ਦੀ ਜੋ ਐਡਵਾਂਸਡ ਇੰਡਸਟਰੀਅਲ ਸੋਸਾਇਟੀ ਹੈ the basic knowledge of a single or more language has become indispensable jo bhi basic knowledge hai ek na ek to zyada bhashawan di wo become indispensable banti ja rahi hai vadiya banti ja rahi hai haan ji 7 jo human development process is nal human development process honda kende nal language nal language is one of the key factors ek master stroke hai ਹਿਊਮਨ ਡਿਵੈਲਪਮੈਂਟ ਪ੍ਰੋਸੈਸ ਦਾ ਵਿਚ ਸੈਟਸ ਹਿਊਮਨ ਬੀਇੰਗਸ ਅਪਾਰਟ ਫਰੋਮ ਅਦਰ ਐਨੀਮਲਸ ਜੋ ਵੀ ਦੂਜੇ ਜਾਨਵਰਾਂ ਨਾਲੋਂ ਹਿਊਮਨਸ ਨੂੰ ਮਨੁੱਖ ਨੂੰ ਅਲੱਗ ਕਰਦੇ ਹਨ ਇਹ ਬੇਬੀ ਇਸ ਬੋਰਨ ਵਿਦਆਊਟ ਲੈਂਗੁਏਜ ਬੇਬੀ ਜੋ ਵੀ ਬੱਚਾ ਹੈ ਲੈਂਗੁਏਜ ਤੋਂ ਬਿਨਾ ਜੰਮਦਾ ਹੈ ਬਟ ਈਵਨ ਵਿਦਆਊਟ ਨੋ ਫਾਰਮਲ ਟ੍ਰੇਨਿੰਗ ਉਹਨੂੰ ਸਾਨੂੰ ਕੋਈ ਫਾਰਮਲ ਟ੍ਰੇਨਿੰਗ ਨਹੀਂ ਮਿਲਦੀ ਬਾਏ ਦਾ ਏਜ ਆਫ 5 ਈਅਰ ਦਾ ਚਾਈਲਡ ਨਾਊਸ ਸਰਵਲ 100 ਵਰਡਸ ਕਈ ਤਰ੍ਹਾਂ ਦੇ ਬੱਚੇ ਜੋ ਹੈ ਵਰਡ ਸਿੱਖ ਜਾਂਦਾ ਹੈ ਐਂਡ ਗ੍ਰਾਮਰ ਆਫ ਪਾਰਟਿਕੂਲਰ ਲੈਂਗੁਏਜ ਤੇ ਗ੍ਰਾਮਰ ਵੀ ਸਿੱਖਿਆ ਜਾਂਦਾ ਜਿਸ ਲੈਂਗੁਏਜ ਜੋ ਉਸ ਦੀ ਮਦਰ ਟੰਗ ਹੁੰਦੀ ਹੈ ਥਿਸ ਇਜ਼ ਐਨ ਇਨਹੈਰੈਂਟ ਹਿਊਮਨ ਟੈਂਡੈਂਸੀ ਵਿਚ ਇਜ਼ ਐਕਸਟ੍ਰੀਮਲੀ ਇੰਪੋਰਟੈਂਟ ਫੋਰ ਫਰਦਰ ਗਰੋਥ ਜੋ ਵੀ ਬੱਚਿਆਂ ਦੀ ਅੱਗੇ ਆਉਣ ਵਾਲੀ ਗਰੋਥ ਵਿੱਚ ਮਦਦ ਕਰਦੇ ਕਰਦਾ ਹੈ ਕਰਦੀ ਹੈ ਐਨੀ ਡਿਸਪੈਂਸਰੀ ਸੀਨ ਇਨ ਲਰਨਿੰਗ ਏ ਲੈਂਗੁਏਜ ਐਟ ਸੱਚ ਅਰਲੀ ਸਟੇਟ ਸਟੇਜ ਮੇਟ ਇੰਡੀਕੇਟ ਸਰਟੇਨ ਇਲਨੈਸ ਇਨ ਚਾਈਲਡ ਐਨੀ ਡਿਸ ਡਿਸਰਪੈਂਸੀ ਸੀਨ ਇਨ ਲਰਨਿੰਗ ਲੈਂਗੁਏਜ ਜੋ ਵੀ ਲੈਂਗੁਏਜ ਸਿੱਖਣ ਵਿੱਚ ਰੁਕਾਵਟ ਆਉਂਦੀ ਹੈ ਐਟ ਸੱਚ ਅਰਲੀ ਸਟੇਟ ਐਨੀ ਜਲਦੀ ਏਜ ਵਿੱਚ ਛੋਟੀ ਏਜ ਵਿੱਚ ਮੇਟ ਇੰਡੀਕੇਟ ਸਰਟੇਨ ਇਲਨੈਸ ਇਨ ਚਾਈਲਡ ਇੰਡੀਕੇਟ ਕਰਦੀ ਹੈ ਸੰਕੇਤ ਕਰਦੀ ਹੈ ਜੋ ਵੀ ਬੱਚੇ ਦੀ ਇਲਨੈਸ ਬਾਰੇ ਜੋ ਵੀ ਉਸ ਦੀ ਮਾਨਸਿਕ ਜਾਂ ਕੋਈ ਬਿਮਾਰੀ ਬਾਰੇ 8. ਜੀ ਬੇਸਿਸ ਆਫ এডਿਕੇਸ਼ਨ ਲੈਂਗੁਏਜ ਇਜ਼ ਬੇਸਿਸ ਆਫ ਆਲ এডਿਕੇਸ਼ਨ ਸਕੂਲ ਜੋ ਵੀ ਲੈਂਗੁਏਜ ਹੈ ਆਲ এডਿਕੇਸ਼ਨ ਪੂਰੀ এডਿਕੇਸ਼ਨ ਦਾ ਬੇਸ ਹੈ ਸਕੂਲ এডਿਕੇਸ਼ਨ ਇਜ਼ ਪ੍ਰੋਮਿਨੈਂਟਲੀ ਲੈਂਗੁਏਜ ਓਰੀਐਂਟਡ ਜੋ ਵੀ ਸਕੂਲ এডਿਕੇਸ਼ਨ ਹੈ ਉਹ ਲੈਂਗੁਏਜ ਓਰੀਐਂਟਡ ਹੁੰਦੀ ਹੈ ਰੀਡਿੰਗ ਰਾਈਟਿੰਗ ਅਰਥਮੈਟਿਕ ਆਰ ਆਲ ਬੇਸਡ ਓਨ ਲੈਂਗੁਏਜ ਪ੍ਰੋਫੀਸੀ ਜੋ ਵੀ ਰੀਡਿੰਗ ਔਰ ਰਾਈਟਿੰਗ ਹੈ ਬੱਚੇ ਦੀ ਅਰਥਮੈਟਿਕ ਹੈ ਉਹ ਕਿੰਦੇ ਤੇ ਡਿਪੈਂਡ ਕਰਦਾ ਹੈ ਆਲ ਬੇਸਡ ਔਨ ਲੈਂਗੁਏਜ ਪ੍ਰੋਫੀਸੀ ਲੈਂਗੁਏਜ ਦੀ ਪ੍ਰੋਫੀਸੀ ਲੈਂਗੁਏਜ ਜਿੱਦ ਦਾ ਜਿੰਨਾ ਗਿਆਨ ਹੁੰਦੇ ਤੇ ਹੀ ਨਿਰਭਰ ਕਰਦਾ ਹੈ 9. ਇਹ ਮੀਡੀਅਮ ਆਫ ਲਿਟਰੇਚਰ ਸਾਹਿਤ ਜੋ ਹੈ ਲੈਂਗੁਏਜ ਇਜ਼ ਅ ਮੀਡੀਅਮ ਆਫ ਲਿਟਰੇਚਰ ਲੈਂਗੁਏਜ ਜੋ ਹੈ ਮੀਡੀਅਮ ਹੈ ਲਿਟਰੇਚਰ ਦਾ ਆਲ ਗ੍ਰੇਟ ਲਿਟਰੇਚਰ ਇਜ਼ ਪ੍ਰੋਡਿਊਸਡ ਥਰੋ ਦਾ ਮੀਡੀਅਮ ਆਫ ਲੈਂਗੁਏਜ ਜੋ ਵੀ ਗ੍ਰੇਟ ਲਿਟਰੇਚਰ ਜਾਂ ਸਾਹਿਤ ਹੈ ਪ੍ਰੋਡਿਊਸ ਹੋਇਆ ਹੈ ਜੋ ਬਣਿਆ ਹੈ ਥਰੋ ਦਾ మీడియం ਆਫ ਲੈਂਗੁਏਜ మీడియం ਦੇ మీడియం ਆਫ ਲੈਂਗੁਏਜ ਦੇ ਰਾਹੀਂ ਇਹ ਬਣਿਆ ਹੈ ਲੈਂਗੁਏਜ ਦਸ ਹੈਲਪ ਹਿਊਮਨ ਬੀਇੰਗਸ ਟੂ ਰੀਡ ਲਿਟਰੇਚਰ ਲੈਂਗੁਏਜ ਜੋ ਹੈ ਹਿਊਮਨ ਬੀਇੰਸ ਨੂੰ ਲਿਟਰੇਚਰ ਪੜਨ ਲਈ ਹੈਲਪ ਕਰਦੀ ਮਦਦ ਕਰਦੀ ਹੈ ਅੰਡਰਸਟੈਂਡ ਕਰਦੀ ਉਸ ਤੋਂ ਜਾਣੂ ਕਰਾਉਂਦੀ ਹੈ ਐਂਡ ਐਪਰੀਸ਼ੀਏਟ ਤੇ ਪ੍ਰਸ਼ੰਸਾ ਕਰਦੀ ਦਾ ਵਰਕ ਆਫ ਗ੍ਰੇਟ ਰਾਈਟਰਸ ਐਂਡ ਪੋਇਟਸ ਜੋ ਵੀ ਗ੍ਰੇਟ ਰਾਈਟਰ ਔਰ ਪੋਇਟ ਹੋਏ ਉਹਨਾਂ ਦੀ ਪ੍ਰਸ਼ੰਸਾ ਕਰਦੀ ਹੈ 10th ਪੁਆਇੰਟ ਗ੍ਰੋਥ ਆਫ ਸਿਲਵਰ ਸਿਵਲਾਈਜੇਸ਼ਨ ਲੈਂਗੁਏਜ ਕੰਟਰੀਬਿਊਟ ਕੰਟਰੀਬਿਊਟਸ ਟੂ ਦਾ ਗਰੋਥ ਆਫ ਸਿਵਲਾਈਜੇਸ਼ਨ ਆਫ ਹਿਊਮਨ ਬੀਇੰਗਸ ਜੋ ਵੀ ਹਿਊਮਨ ਸਪੀਂਗਸ ਵਿੱਚ ਸਿਵਲਾਈਜੇਸ਼ਨ ਦਾ ਸਭਿਆਤਾ ਦਾ ਵਿਕਾਸ ਹੋ ਰਿਹਾ ਉਸ ਨੂੰ ਲੈਂਗੁਏਜ ਕੀ ਕੰਟਰੀਬਿਊਟ ਕਰਦੀ ਹੈ ਗਰੋਥ ਕਰਦੀ ਉਸ ਦਾ ਵਾਧਾ ਕਰਦੀ ਹੈ ਲੈਂਗੁਏਜ ਐਂਡ ਸਿਵਲਾਈਜੇਸ਼ਨ ਆਰ ਇਨਸਪੀਰੈਂਸੇਬਲ ਇੱਕ ਦੂਜੇ ਨਾਲ ਜੁੜੇ ਹੋਏ ਨੇ ਇਨਸਪੀਰੈਂਸੇਬਲ ਆਨ ਲੈਂਗੁਏਜ ਤੇ ਸਿਵਲਾਈਜੇਸ਼ਨ ਦਾ ਐਨੀਮਲ ਆਰ ਇਨਕੈਪੇਬਲ ਆਫ ਸਪੀਚ ਐਕਸਪੈਕਟ ਫੋਰ ਏ ਫਿਊ ਸਾਊਂਡਸ ਐਂਡ ਸੋ ਇਨਕੇਪेबल ਆਫ ਹੈਵਿੰਗ ਐਨੀ ਕਲਚਰ ਐਂਡ ਸਿਵਿलाइजेशन ਹਾਂਜੀ ਜੋ ਵੀ ਫਿਊ ਸੌਂਸ ਐਨੀਮਲ ਕਰ ਸਕਦੇ ਹਨ ਉਸ ਤੋਂ ਇਲਾਵਾ ਔਰ ਉਹਨਾਂ ਕੋਲ ਕੁਝ ਨਹੀਂ ਹੈ ਤੇ ਇਸ ਲਈ ਉਹ ਇਨਕੇਪेबल ਅਯੋਗ ਹਨ ਕਹਦੇ ਲਈ ਐਨੀ ਕਲਚਰ ਕੋਈ ਵੀ ਕਲਚਰ ਔਰ ਸਿਵਿलाइजेशन ਬਣਾਉਣ ਲਈ ਇਟ ਇਜ਼ ਮੈਨ ਅਲੋਨ ਹੋ ਥਰੋ ਅ ਲੈਂਗੁਏਜ ਹੈਜ਼ ਅਕਵਾਇਰਡ ਅ ਹਾਈ ਡਿਗਰੀ ਆਫ ਕਲਚਰ ਐਂਡ ਸਿਵਿलाइजेशन ਇਹ ਇੱਕ ਬੰਦਾ ਹੀ ਹੈ ਮੈਨ ਹੀ ਹੈ ਜੋ ਕਿ ਅਕਵਾਇਰ ਕਰ ਸਕਦਾ ਹੈ ਹਾਈ ਡਿਗਰੀ ਆਫ ਕਲਚਰ ਤੇ ਸਿਵਿਲੀਡੇਸ਼ਨ ਨੂੰ ਕਹਿੰਦੇ ਰਾਈ ਲੈਂਗੁਏਜ ਰਾਈ ਥਰੋ ਲੈਂਗੁਏਜ ਰਾਈ 11. ਜੋ ਹੈ ਡਿਵੈਲਪਮੈਂਟ ਆਫ ਇਸ ਲੈਂਗੁਏਜ ਕੰਟਰੀਬਿਊਟਸ ਟੂ ਪੀਸ ਪ੍ਰੋਸੈਸਰ ਲੈਂਗੁਏਜ ਹੋਇਆ ਪੀਸ ਪ੍ਰਜਾਸ ਲਈ ਕੰਟਰੀਬਿਊਟ ਕਰਦੀ ਹੈ ਇੰਟਰਨੈਸ਼ਨਲ ਅੰਡਰਸਟੈਂਡਿੰਗ ਐਂਡ ਇੰਟਰਨੈਸ਼ਨਲ ਪੀਸ ਹੈ ਬੀਨ ਪੋਸੀਬਲ ਥਰੋ ਦਾ ਮੀਡੀਅਮ ਆਫ ਲੈਂਗੁਏਜ ਮੀਡੀਅਮ ਆਫ ਲੈਂਗੁਏਜ ਦੇ ਸਾਧਨ ਦੇ ਤਾਰਾ ਹੀ ਇੰਟਰਨੈਸ਼ਨਲ ਸਟੈਂਡਿੰਗ ਔਰ ਇੰਟਰਨੈਸ਼ਨਲ ਪੀਸ ਜੋ ਹੈ ਪੋਸੀਬਲ ਹੋਇਆ ਕਹਿੰਦੇ ਇੰਟੈਕਚੁਅਲ ਡਿਵੈਲਪਮੈਂਟ ਪੁਆਇੰਟ ਡਿਵੈਲਪਮੈਂਟ ਹੈ ਇੰਪੋਰਟੈਂਸ ਇੰਪੋਰਟੈਂਟ ਟੂਲਸ ਆਫ ਇੰਟੈਕਚੁਅਲ ਡਿਵੈਲਪਮੈਂਟ ਆਰ ਲੈਂਗੁਏਜ ਐਂਡ ਕਮਿਊਨੀਕੇਸ਼ਨ ਸਕਿੱਲਸ ਜੋ ਵੀ ਇੰਪੋਰਟੈਂਸ ਟੂਲ ਹਨ ਇੰਟੈਕਚੁਅਲ ਡਿਵੈਲਪਮੈਂਟ ਦੇ ਉਹ ਕੀ ਹਨ ਲੈਂਗੁਏਜ ਤੇ ਕਮਿਊਨੀਕੇਸ਼ਨ ਸਕਿੱਲਸ ਹੀ ਹਨ ਸੋਸ਼ਲਾਈਜੇਸ਼ਨ ਸਮਾਜੀਕਰਨ ਜੋ ਹੈ ਲੈਂਗੁਏਜ ਮੇਕਸ ਸੋਸ਼ਲ ਕੰਟਰੈਕਟ ਈਜ਼ੀ ਲੈਂਗੁਏਜ ਜੋ ਹੈ ਸੋਸ਼ਲ ਮੇਕ ਸੋਸ਼ਲ ਕੰਟਰੈਕਟ ਈਜ਼ੀ ਬਣਾ ਦਿੰਦੀ ਹੈ ਸੋਸਾਇਟੀ ਐਜ਼ ਵੀ ਹੈਵ ਸੀਨ ਇਸ ਦੇ ਵੈੱਬ ਆਫ ਸੋਸ਼ਲ ਰਿਲੇਸ਼ਨਸ਼ਿਪ ਵਿੱਚ ਇੰਪਲੀ ਡਿਵੈਲਪਮੈਂਟ ਆਫ ਸੋਸ਼ਲ ਕੰਟੈਕਟਸ ਅਮੰਗ ਦਾ ਇੰਡੀਵਿਜੂਅਲ ਜੋ ਵੀ ਆਪਾਂ ਵੇਖਦੇ ਹਾਂ ਸੁਸਾਇਟੀ ਸੀਨ ਕਰਦੇ ਹਾਂ ਵੈੱਬ ਇਹ ਕੀ ਹੈ ਸੋਸ਼ਲ ਰਿਲੇਸ਼ਨਸ਼ਿਪ ਦੀ ਬਣੀ ਹੋਈ ਹੈ ਵਿੱਚ ਇੰਪਲਾਈ ਡਿਵੈਲਪਮੈਂਟ ਆਫ ਸੋਸ਼ਲ ਕੰਟੈਕਟ ਜੋ ਵੀ ਡਿਵੈਲਪਮੈਂਟ ਹੁੰਦੀ ਹੈ ਕੰਟੈਕਟ ਦੀ ਸੋਸ਼ਲ ਕੰਟੈਕਟ ਦੀ ਸਮਾਜਿਕ ਜੋ ਆਪਣੇ ਆਲੇ ਦੁਆਲੇ ਦੀ ਅਮੰਗ ਦਾ ਇੰਡੀਵਿਜੂਅਲ ਜੋ ਵੀ ਵਿਅਕਤੀ ਦੇ ਦੁਆਲੇ ਹੁੰਦੀ ਹੈ ਵਿਦ ਲੈਂਗੁਏਜ ਕੰਟੈਕਟਸ ਬੀਕਮ ਈਜ਼ੀ ਟੂ ਇਨਸਟੇਬਲ ਬਿਕੋਜ਼ ਮੈਨ ਕੈਨ ਈਜ਼ੀਲੀ ਐਕਸਚੇਂਜ ਦੇ ਰੇਡੀਅਸ ਲੈਂਗੁਏਜ ਦੇ ਰਾਈ ਹੀ ਕੰਟੈਕਟ ਜੋ ਬੰਦਿਆਂ ਦੇ ਇੱਕ ਦੂਜੇ ਨਾਲ ਹੁੰਦੇ ਹਨ ਉਹ ਜਲਦੀ ਹੋ ਜਾਂਦੇ ਹਨ ਬੀਕਮ ਈਜ਼ੀ ਟੂ ਸਟੇਬਲ ਬਣਦੇ ਹਨ ਬਿਕੋਜ਼ ਮੈਨ ਕੈਨ ਈਜ਼ੀਲੀ ਐਕਸਚੇਂਜ ਦੇ ਰੇਡੀਅਸ ਤੇ ਉਹ ਇੱਕ ਦੂਜੇ ਨਾਲ ਵਿਚਾਰ ਚੰਗੀ ਤਰ੍ਹਾਂ ਆਸਾਨੀ ਨਾਲ ਸਾਂਝੇ ਕਰ ਜਾਂਦੇ ਹਨ ਕਿੰਦੇ ਰਾਈ ਲੈਂਗੁਏਜ ਰਾਈ ਹਾਂ ਦੇ ਲੈਂਗੁਏਜ ਦੀਆਂ ਵਿਸ਼ੇਸ਼ਤਾਵਾਂ ਦੱਸਿਆਂਗੇ ਹਨ ਇੰਪੋਰਟੈਂਸ ਦੱਸੀ ਹੈ ਇੰਪੋਰਟੈਂਸ ਕੀ ਲੈਂਗੁਏਜ ਦੀ ਕਲਚਰਲ ਕੈਰੀਅਰ ਲੈਂਗੁਏਜ మేਕ ਪੋਸੀਬਲ ਦਾ ਗਰੋਥ ਐਂਡ ਟ੍ਰਾਂਸਮਿਸ਼ਨ ਆਫ ਕਲਚਰ ਐਂਡ ਦਾ ਕਮਿਊਨਿਟੀ ਆਫ ਆਫ ਸੋਸਾਇਟੀਜ਼ ਐਂਡ ਦਾ ਇਫੈਕਟਿਵ ਫੰਕਸ਼ਨਿੰਗ ਐਂਡ ਕੰਟਰੋਲ ਆਫ ਸੋਸ਼ਲ ਗਰੁੱਪ ਹਾਂਜੀ ਲੈਂਗੁਏਜ మేਕ ਪੋਸੀਬਲ ਦਾ ਗਰੋਥ ਐਂਡ ਟ੍ਰਾਂਸਮਿਸ਼ਨ ਆਫ ਕਲਚਰ ਕਲਚਰ ਦੀ ਜੋ ਵੀ ਸੱਭਿਆਚਾਰ ਦੀ ਲੈਂਗੁਏਜ ਕੀ ਹੈ ਗਰੋਥ ਐਂਡ ਟ੍ਰਾਂਸਮਿਸ਼ਨ ਕਰਦੀ ਹੈ ਐਂਡ ਦਾ ਕਮਿਊਨਿਟੀ ਆਫ ਸੁਸਾਇਟੀ ਕਮ ਤੇ ਸੁਸਾਇਟੀ ਜੋ ਹੈ ਕੰਟੀਨਿਊਟੀ ਆਫ ਸੁਸਾਇਟੀ ਐਂਡ ਦਾ ਇਫੈਕਟਿਵ ਫੰਕਸ਼ਨਿੰਗ ਐਂਡ ਕੰਟਰੋਲ ਆਫ ਸੋਸ਼ਲ ਗਰੁੱਪ ਕੋਈ ਵੀ ਸੋਸ਼ਲ ਗਰੁੱਪ ਉਹਨਾਂ ਦੇ ਫੰਕਸ਼ਨਿੰਗ ਲਈ ਲੈਂਗੁਏਜ ਜ਼ਰੂਰੀ ਹੈ ਲੈਂਗੁਏਜ ਕਨਸਰਵਸ ਆਵਰ ਕਲਚਰ ਆਪਣੇ ਕਲਚਰ ਨੂੰ ਕਨਸਰਵਰ ਕਰਦੀ ਹੈ ਵਿਚ ਇਟ ਪਾਸਿਸ ਟੂ ਪੋਸਟਰੇਟਰੀ ਜੋ ਵੀ ਇਹ ਪੋਸਟ ਹੋਇਆ ਜਾਂ ਪਹਿਲਾਂ ਦਾ ਹੈ ਉਸ ਨੂੰ ਇਹ ਅੱਗੇ ਲਿਆਉਂਦੀ ਹੈ ਕਲਚਰ ਨੂੰ ਲੈਂਗੁਏਜ ਮੇ ਬੀ ਕਾਲਡ ਕਲਚਰ ਕੈਰੀਅਰ ਇਸ ਨੂੰ ਕਲਚਰ ਕੈਰੀਅਰ ਦੇ ਤੌਰ 'ਤੇ ਵੀ ਬੋਲਿਆ ਜਾਂਦਾ ਹੈ ਦ ਕਲਚਰ ਡੈਟ ਐਗਜਿਸਟ ਐਟ ਏ ਗਿਵਨ ਟਾਈਮ ਐਂਡ ਪਲੇਸ ਹੈਜ਼ ਕਮ ਫਰੋਮ ਦਾ ਪਾਸਟ ਜੋ ਵੀ ਪਾਸਟ ਤੋਂ ਆਇਆ ਹੋਇਆ ਹੈ ਪਿਛਲੇ ਇਸ ਦਾ ਰਿਜ਼ਲਟ ਔਫ ਐਕਮੋਲੇਜੇਸ਼ਨ ਔਫ ਥਿੰਗਸ ਐਟੀਟਿਊਡਸ ਐਡੀਅਸ ਨੌਲੇਜ ਐਰਰਸ ਐਂਡ ਪ੍ਰੀਜੂਡਸ ਹਾਂਜੀ ਇਹ ਸਭ ਕੁਝ ਜੋ ਹੈ ਇਹਦਾ ਰਿਜ਼ਲਟ ਹੈ ਕਾਹਦਾ ਥਿੰਗਸ ਦਾ ਐਟੀਟਿਊਡ ਦਾ ਐਡੀਏ ਦਾ ਕਲਚਰ ਜੋ ਹੈ ਦਾ ਫੀਲਡ ਆਫ ਲੈਂਗੁਏਜ ਲਰਨਿੰਗ ਇਜ ਇਨ ਡੀਡ ਏ ਕੰਪਲੈਕਸ ਡੋਮੇਨ ਆਫ ਸਟੱਡੀ ਹਾਂਜੀ ਜੋ ਫੀਲਡ ਹੈ ਲੈਂਗੁਏਜ ਸਿੱਖਣ ਦੀ ਜੋ ਹੋਈ ਫੀਲਡ ਹੈ ਉਹ ਕੀ ਕਹਿੰਦੇ ਲਰਨਿੰਗ ਇਜ ਇਨ ਡੀਡ ਏ ਕੰਪਲੈਕਸ ਕੰਪਲੈਕਸ ਡੋਮੇਨ ਮਤਲਬ ਉਲਝਿਆ ਉਲਝਿਆ ਹੋਇਆ ਜਾਂ ਸਟੱਡੀ ਦਾ ਇਹ ਪਾਰਟ ਹੈ ਇਟ ਕੈਨ ਵੈਰੀ ਅਕੋਰਡਿੰਗ ਟੂ ਡਿਫਰੈਂਟ ਸਰਟੇਰੀਆ ਰਿਲੇਟਡ ਟੂ ਦਾ ਫੋਰ ਮੇਨ ਪਿਲਰਸ ਹਾਂਜੀ ਇਹ ਜੋ ਹੈ ਅਲੱਗ ਅਲੱਗ ਡਿਫਰੈਂਟ ਸੈਂਟੇਰੀਆ ਨਾਲ ਰਿਲੇਟ ਕਰਦਾ ਜਿਹੜੇ 4 ਮੇਨ ਪਿੱਲਰ ਇਸ ਦੇ ਅੰਦਰ ਲਰਨਰ ਜੋ ਸਿੱਖਣ ਵਾਲਾ ਹੈ ਦਾ ਟੀਚਰ ਜੋ ਸਿਖਾਉਣ ਵਾਲਾ ਦਾ ਲਰਨਿੰਗ ਕੰਟੈਸਟ ਜੋ ਵੀ ਕੰਟੈਸਟ ਹੈ ਸਿੱਖਣ ਵਾਲਾ ਹੈ ਐਂਡ ਦਾ ਟਾਰਗੇਟ ਲੈਂਗੁਏਜ ਜੋ ਵੀ ਲੈਂਗੁਏਜ ਨੂੰ ਟਾਰਗੇਟ ਕਰਨਾ ਹੈ ਹਾਂਜੀ ਇਸ ਦੇ ਨਾਲ ਹੀ ਆਪਣੀ ਇੰਪੋਰਟੈਂਸ ਆਫ ਲੈਂਗੁਏਜ ਦਾ ਪੂਰਾ ਇਥੋਂ ਤੱਕ ਇੰਪੋਰਟੈਂਸ ਆਫ ਲੈਂਗੁਏਜ ਵਿੱਚ ਆਪਾਂ ਜਿਹੜੇ ਜਿਹੜੇ ਪੁਆਇੰਟ ਕੀਤੇ ਹਨ ਉਹ ਦੇਖ ਲਓ ਵਹੀਕਲ ਆਫ ਥੋਰਸ ਥੋਰ ਦੇ ਜੋ ਵੀਕਲ ਲੈਂਗੁਏਜ ਵਹੀਕਲ ਆਫ ਥੋਰਸ ਦੇ ਤੌਰ ਤੇ ਕੰਮ ਕਰਦੀ ਹੈ ਲੈਂਗੁਏਜ ਥੌটস ਜੋ ਵਿਚਾਰ ਆਪਣੇ ਉਹਨਾਂ ਨੂੰ ਅੱਗੇ ਲੈ ਕੇ ਜਾਂਦੀ ਹੈ ਮੀਡੀਅਮ ਆਫ ਐਕਸਪ੍ਰੈਸ਼ਨ ਐਕਸਪ੍ਰੈਸ਼ਨ ਦਾ ਮੀਡੀਅਮ ਕੀ ਹੈ ਲੈਂਗੁਏਜ ਹੀ ਆਪਾਂ ਦੀ ਲੈਂਗੁਏਜ ਨਹੀਂ ਹੋਵੇ ਕਿ ਤਾਂ ਆਪਾਂ ਇੱਕ ਦੂਜੇ ਨੂੰ ਕਿਵੇਂ ਆਪਣੀ ਇਨਫੋਰਮੇਸ਼ਨ ਜਾਂ ਕੋਈ ਵੀ ਇੰਟਰੋਡਿਸ ਦੇ ਸਕਦੇ ਹਾਂ ਮੀਡੀਅਮ ਆਫ ਕਮਿਊਨੀਕੇਸ਼ਨ ਕਮਿਊਨੀਕੇਸ਼ਨ ਦਾ ਮੀਡੀਅਮ ਵੀ ਲੈਂਗੁਏਜ ਹੀ ਹੈ ਏਹੀ ਅੱਗੇ ਇੱਕ ਕਮਿਊਨੀਕੇਸ਼ਨ ਕਰਨ ਦੇ ਕੰਮ ਆਉਂਦੀ ਹੈ ਕਮਿਊਨੀਕੇਸ਼ਨ ਵਿਦ ਅਦਰ ਕੰਟਰੀਜ਼ ਕਮਿਊਨੀਕੇਸ਼ਨ ਜੋ ਵੀ ਦੂਸਰੀਆਂ ਕੰਟਰੀਆਂ ਨਾਲ ਵੀ ਕਮਿਊਨੀਕੇਸ਼ਨ ਕਰਨ ਦੇ ਕੰਮ ਆਉਂਦੀ ਹੈ ਲੈਂਗੁਏਜ ਮੋਰਲ ਡਿਵੈਲਪਮੈਂਟ ਦੇ ਕੰਮ ਆਉਂਦੀ ਹੈ ਨੈਤਿਕ ਵਿਕਾਸ ਦੇ ਪਰਸਨੈਲਿਟੀ ਡਿਵੈਲਪਮੈਂਟ ਦੇ ਕੰਮ ਆਉਂਦੀ ਹੈ ਜੋ ਸ਼ਖਸੀਅਤ ਦੇ ਵਿਕਾਸ ਦੇ ਹਿਊਮਨ ਡਿਵੈਲਪਮੈਂਟ ਪ੍ਰੋਸੈਸ ਹਿਊਮਨ ਡਿਵੈਲਪਮੈਂਟ ਪ੍ਰੋਸੈਸ ਦੇ ਕੰਮ ਵੀ ਆਉਂਦੀ ਹੈ ਇਹ ਬੇਸਿਸ ਆਫ এডੂਕੇਸ਼ਨ ਦੇ ਕੰਮ ਵੀ ਆਉਂਦੀ ਹੈ এডੂਕੇਸ਼ਨ ਦਾ ਜੋ ਬੇਸ ਹੈ ਉਸ ਦੇ ਕੰਮ ਮੀਡੀਅਮ ਆਫ ਲਿਟਰੇਚਰ ਦੇ ਕੰਮ ਆਉਂਦੀ ਹੈ ਲਿਟਰੇਚਰ ਜੋ ਹੈ ਉਸ ਤੇ ਮੀਡੀਅਮ ਦੇ ਗਰੋਥ ਆਫ ਸਿਵਿलाइजेशन ਦੇ ਕੰਮ ਆਉਂਦੀ ਹੈ ਜੋ ਵੀ ਸਿਵਿलाइजेशन ਦਾ ਸਮਾਜ ਦੀ ਜੋ ਗਰੋਥ ਹੋਈ ਹੈ ਉਸਦੇ ਕੰਮ ਆਉਂਦੀ ਹੈ ਡਿਵੈਲਪਮੈਂਟ ਆਫ ਪੀਸ ਪੀਸ ਜੋ ਹੈ ਸ਼ਾਂਤੀ ਦੀ ਵਿਕਾਸਿਕ ਕੰਮ ਆਉਂਦੀ ਹੈ ਇੰਟੈਕਚੁਅਲ ਡਿਵੈਲਪਮੈਂਟ ਦੇ ਕੰਮ ਆਉਂਦੀ ਹੈ ਤੇ 13ਵਾਂ ਪੁਆਇੰਟ ਸੀ ਸੋਸ਼ੀਅਲਾਈਜੇਸ਼ਨ ਦੇ ਕੰਮ ਆਉਂਦੀ ਹੈ 4ਥ ਪੁਆਇੰਟ 14 ਪੁਆਇੰਟ ਸੀ ਕਲਚਰ ਕੈਰੀਅਰ ਦੇ ਤੌਰ ਤੇ ਕੰਮ ਕਰਦੀ ਕਲਚਰ ਨੂੰ ਅੱਗੇ ਟਰਾਂਸਮਿਸ਼ਨ ਕਰਦੀ ਗਰੋਥ ਕਰਦੀ ਕਲਚਰ ਦੀ ਤੇ ਇਸ ਤੋਂ ਬਾਅਦ ਆਪਾਂ ਔਨ ਕਰਦੇ ਹਾਂ ਫਰਸਟ ਲੈਂਗੁਏਜ ਫਰਸਟ ਲੈਂਗੁਏਜ ਇਸ ਨੂੰ ਮਦਰ ਟੰਗ ਵੀ ਕਿਹਾ ਜਾਂਦਾ ਜੀ ਤੁਹਾਨੂੰ ਥੋੜਾ ਪੰਜਾਬੀ ਇਹ ਦੱਸਦਾ ਵਾਂ ਜੋ ਵੀ ਬੱਚਾ ਆਪਣੀ ਮਾਤਾ ਤੋਂ ਜਾਂ ਆਪਣੇ ਘਰ ਤੋਂ ਸਿੱਖਦਾ ਉਸ ਨੂੰ ਫਰਸਟ ਲੈਂਗੁਏਜ ਮਦਰ ਲੈਂਗੁਏਜ ਕਹਿੰਦੇ ਹਨ ਦਾ ਫਰਸਟ ਲੈਂਗੁਏਜ ਆਲਸੋ ਨਾਉਨ ਐਜ਼ ਅ ਨੇਟਿਵ ਲੈਂਗੁਏਜ ਨੇਟਿਵ ਜਿੱਥੇ ਰਹਿੰਦਾ ਉਹ ਤਾਂ ਕਰਕੇ ਨੇਟਿਵ ਲੈਂਗੁਏਜ ਔਰ ਮਦਰ ਟੰਗ ਇਸ ਦਾ ਲੈਂਗੁਏਜ ਵਨ ਲਰਨਸ ਐਜ਼ ਅ ਚਾਈਲਡ ਜੋ ਵੀ ਲਰਨ ਕਰਦਾ ਚਾਈਲਡ ਇਹ ਉਹ ਲੈਂਗੁਏਜ ਹੁੰਦੀ ਹੈ ਦਿਸ ਲੈਂਗੁਏਜ ਇਜ਼ ਲਰਨਡ ਐਟ ਹੋਮ ਇਹ ਘਰ ਵਿੱਚ ਹੀ ਸਿੱਖ ਜਾਂਦੀ ਹੈ ਔਰ ਐਟ ਦਾ ਸੋਸ਼ਲ ਐਸਮੋਟਸਪੀਅਰ ਤੇ ਸੋਸ਼ਲ ਜੋ ਸਮਾਜਿਕ ਹੈ ਉਸ ਉਸ ਦੁਆਰਾ ਹੀ ਸਿੱਖ ਜਾਂਦੀ ਹੈ ਇਟ ਇਜ਼ ਪਾਰਟ ਆਫ ਪਰਸਨਲ ਇਹ ਪਰਸਨਲ ਪਾਰਟ ਹੈ ਸੋਸ਼ਲ ਐਂਡ ਕਲਚਰਲ ਆਇਡੈਂਟੀ ਸੋਸ਼ਲ ਤੇ ਕਲਚਰਲ ਆਇਡੈਂਟੀ ਦਾ ਪਾਰਟ ਹੈ ਇਹ ਦਿਸ ਲੈਂਗੁਏਜ ਇਜ਼ ਪਾਸਟ ਫਰਮ ਵਨ ਜਨਰੇਸ਼ਨ ਟੂ ਦਾ ਨੈਸਟ ਜਨਰੇਸ਼ਨ ਇੱਕ ਜਨਰੇਸ਼ਨ ਤੋਂ ਅੱਗੇ ਦੂਸਰੀ ਜਨਰੇਸ਼ਨਾਂ ਵਿੱਚ ਲੈਂਗੁਏਜ ਚੱਲਦੀ ਰਹਿੰਦੀ ਹੈ ਜਿਵੇਂ ਕਿ ਪਿੱਛੇ ਤੋਂ ਚੱਲਦੀ ਆ ਰਹੀ ਹੈ ਬਹੁਤ ਸਮੇਂ ਤੋਂ ਐਵਰੀਥਿੰਗ ਇਜ਼ ਲਰਨਡ ਕੁਆਇਟ ਅਨਕੌਨਸ਼ੀਅਸਲੀ ਥਰੋ ਦਿਸ ਲੈਂਗੁਏਜ ਲੈਂਗੁਏਜ ਤੋਂ ਬਿਨਾ ਜੇ ਕੁਝ ਵੀ ਸਿੱਖਣਾ ਕੀ ਆ ਉਹ ਸੰਭਵ ਨਹੀਂ ਹੈ ਕਹਿੰਦੇ ਅਨਕੌਨਸ਼ੀਅਸਲੀ ਹੈ ਫਸਟ ਲੈਂਗੁਏਜ ਐਕੋਟੇਸ਼ਨ ਇਜ਼ ਅ ਰੈਪਿਡ ਪ੍ਰੋਸੈਸ ਜੋ ਵੀ ਪਹਿਲੀ ਲੈਂਗੁਏਜ ਸਿੱਖਣ ਦੀ ਪ੍ਰੋਸੈਸ ਉਹ ਰੈਪਿਡ ਰੈਪਿਡ ਮੈਨੇ ਤੇਜ਼ ਆਈ ਇਨ ਦਾ ਸਪੈਨ ਆਫ ਅ ਜਸਟ ਅ ਫਿਊ ਇਅਰਸ ਕੁਝ ਕੁ ਸਾਲਾਂ ਵਿੱਚ ਨਿਊ ਬੋਰਨ ਇਨਫੈਂਟਸ ਹੂ ਨੈਦਰ ਸਪੀਕ ਨੋਰ ਅੰਡਰਸਟੈਂਡ ਐਨੀ ਲੈਂਗੁਏਜ ਬੀਕਮ ਯੰਗ ਚਿਲਡਰਨ ਹੂ ਕੈਨ ਕਮੈਂਟ ਕੁਐਸਚਨ ਐਂਡ ਐਕਸਪ੍ਰੈਸ ਦੇਅਰ ਆਈਡੀਆਜ਼ ਵਿਊਜ਼ ਥੋਟਸ ਐਂਡ ਫੀਲਿੰਗ ਇਨ ਦਾ ਲੈਂਗੁਏਜ ਆਫ ਦੇਅਰ ਕਮਿਊਨਿਟੀ ਹਾਂਜੀ ਜੋ ਵੀ ਕਹਿੰਦੇ ਛੋਟੇ ਥੋੜੇ ਕੁ ਸਮੇਂ ਦੇ ਬੱਚੇ ਹਨ ਜੋ ਕਿ ਕੋਈ ਵੀ ਭਾਸ਼ਾ ਨਹੀਂ ਜਾਣਦੇ ਉਹ ਵੀ ਕਮੈਂਟ ਕਰਦੇ ਹਨ ਕੁਐਸਚਨ ਕਰਦੇ ਹਨ ਐਕਸਪ੍ਰੈਸ਼ਨ ਕਰਦੇ ਹਨ ਆਪਦੇ ਆਈਡੀਆ ਦੀ ਵਿਊਜ਼ ਦੀ ਥੋਟਸ ਦੀ ਇਨ ਦਾ ਲੈਂਗੁਏਜ ਆਫ ਦੇਅਰ ਕਮਿਊਨਿਟੀ ਜੋ ਵੀ ਉਹਨਾਂ ਦੀ ਕਮਿਊਨਿਟੀ ਦੀ ਲੈਂਗੁਏਜ ਉਹਦੇ ਵਿੱਚ ਇਹ ਸਭ ਕੁਝ ਕਰਦੇ ਆ। ਐਸ देयर ਵੋਕੇਬਲਰੀਸ ਕੰਟੀਨਿਊ ਟੂ ਗਰੋ ਵੋਕੇਬਲਰੀ ਜੋ ਕਿ ਕੰਟੀਨਿਊ ਗਰੋ ਕਰ ਰਹੀ ਹੈ। ਚਿਲड्रन स्टार्ट ਟੂ ਕੰਬਾਈਨ ਵਰਡਸ ਇਸ ਨਾਲੀ ਜੋ ਬੱਚੇ ਆ ਉਹ ਕੰਬਾਈਨ ਕਰਨ ਲੱਗ ਜਾਂਦੇ ਆ ਵਰਡਸ ਨੂੰ। ਐਸ ਚਿਲड्रन ਮਾਸਟਰ ਲੈਂਗੁਏਜ ਦੇ ਆਲਸੋ ਬੀਕਮ ਮਾਸਟਰ ਐਟ ਯੂジング ਲੈਂਗੁਏਜ ਟੂ ਕਮਿਊਨੀਕੇਟ। ਜੋ ਵੀ ਉਹ ਮਾਸਟਰ ਬਣਦੇ ਕਮਿਊਨੀਕੇਟ ਕਰਨ ਲਈ ਲੈਂਗੁਏਜ ਦੇ The term first language acquisition refers to children natural acquisition of a language or language they hear from birth. ਹਾਂ ਜੀ ਜੋ ਫਰਸਟ ਲੈਂਗੁਏਜ ਐਕੋਟੇਸ਼ਨ ਹੈ ਫਰਸਟ ਪਹਿਲੀ ਭਾਸ਼ਾ ਦੀ ਪ੍ਰਾਪਤੀ ਬਾਰੇ ਦੇ ਆ ਇਹਦੇ ਚ ਕਹਿੰਦੇ ਆ ਚਿਲड्रन ਦੀ ਨੈਚੁਰਲ ਐਕੋਟੇਸ਼ਨ ਕਾਹਦੇ ਨਾਲ ਹੁੰਦੀ ਹੈ ਆਫ ਦਾ ਲੈਂਗੁਏਜ ਔਰ ਲੈਂਗੁਏਜ ਦੇ ਹੀਅਰ ਫਰੋਮ ਬਰਥ ਜੋ ਵੀ ਉਹ ਜਨਮ ਤੋਂ ਲੈਂਗੁਏਜ ਸੁਣਦੇ ਆ ਰਹੇ ਹੁੰਦੇ ਰਹੀ ਹੁੰਦੀ ਹੈ ਇਟ ਇਜ਼ ਡਿਸਗਾਈਜ਼ਡ ਫਰੋਮ ਸੈਕੰਡ ਲੈਂਗੁਏਜ ਐਕੋਟੇਸ਼ਨ ਇਹ ਦੂਸਰੀ ਲੈਂਗੁਏਜ ਨੂੰ ਸਿੱਖਣ 'ਚ ਪ੍ਰਭਾਵਿਤ ਕਰਦੀ ਹੈ ਵਿੱਚ ਬਿਗਿੰਸ ਲੇਟਰ ਐਂਡ ਫੋਰਮ ਫੋਰੀਅਨ ਲੈਂਗੁਏਜ ਲਰਨਿੰਗ ਵਿੱਚ ਟਾਈਪਿਕਲੀ ਇਨਵੋਲਵਸ ਫਾਰਮਲ ਇਨਸਟ੍ਰਕਸ਼ਨ ਅਨ ਇਸ ਦੇ ਨਾਲ ਹੀ ਆਪਣਾ ਫਰਸਟ ਲੈਂਗੁਏਜ ਵਾਲਾ ਪੂਰਾ ਹੈ ਫਰਸਟ ਲੈਂਗੁਏਜ ਵਾਰੀ ਤਨ ਉਪਰ ਲੱਗਿਆ ਮਦਰ ਟੰਗ ਨੂੰ ਕਹਿੰਦੇ ਹਨ ਜੋ ਬੱਚਾ ਘਰ ਵਿੱਚ ਹੀ ਸਿੱਖ ਜਾਂਦਾ ਹੈ ਇਸ ਲਈ ਕੋਈ ਕੀ ਚੀਜ਼ ਦੇ ਵਿਸ਼ੇਸ਼ ਲੋਡ ਨਹੀਂ ਪੈਂਦੀ ਉਹ ਬੱਚਾ ਦੇ ਇਮਿਟੇਸ਼ਨ ਨਾਲ ਹੀ ਸਿੱਖਿਆ ਦਾ ਨਕਲ ਨਾਲ ਹੀ ਸਿੱਖ ਜਾਂਦਾ ਹੈ ਤੇ ਸੈਕੰਡ ਲੈਂਗੁਏਜ ਇਹ ਤਿੰਨ ਤਿੰਨ ਨੰਬਰ ਚ ਕੁਐਸਚਨ ਕੋਈ ਵੀ ਆ ਸਕਦਾ ਹੈ ਵਾਟ ਇਜ਼ ਫਰਸਟ ਲੈਂਗੁਏਜ ਵਾਟ ਇਜ਼ ਸੈਕੰਡ ਲੈਂਗੁਏਜ ਸੈਕੰਡ ਲੈਂਗੁਏਜ ਇਜ਼ ਦਾ ਲੈਂਗੁਏਜ ਵਿਚ ਇਜ਼ ਯੂਜ਼ਡ ਵਿਦ ਦਾ ਮਦਰ ਲੈਂਗੁਏਜ ਔਰ ਫਰਸਟ ਲੈਂਗੁਏਜ ਹਾਂਜੀ ਸੈਕੰਡ ਲੈਂਗੁਏਜ ਇੱਕ ਦੂਸਰੀ ਭਾਸ਼ਾ ਹੁੰਦੀ ਹੈ ਜੋ ਕਿ ਬੱਚੇ ਦੀ ਜੋ ਕਿ ਮਦਰ ਲੈਂਗੁਏਜ ਤੇ ਔਰ ਫਰਸਟ ਲੈਂਗੁਏਜ ਦੇ ਨਾਲ ਨਾਲ ਹੀ ਯੂਜ਼ ਕੀਤੀ ਜਾਂਦੀ ਹੈ ਬਾਅਦ ਚ ਇਟ ਇਜ਼ ਲੈਂਗੁਏਜ ਅਦਰ ਦੈਨ ਦਾ ਮਦਰ ਟੰਗ ਡੈਟ ਏ ਪਰਸਨ ਔਰ ਕਮਿਊਨਿਟੀ ਯੂਜ਼ਸ ਫੋਰ ਕਮਿਊਨੀਕੇਸ਼ਨ ਇਹ ਥੋੜੀ ਵੱਖ ਹੁੰਦੀ ਹੈ ਕੰਦੇ ਨਾਲੋਂ ਮੱਧ ਟੰਗ ਨਾਲੋਂ ਜੋ ਕਿ ਬੰਦਾ ਜਾਂ ਪਰਸਨ ਮਨੁੱਖ ਬੋਲਦਾ ਸੀ ਔਰ ਉਹਦੀ ਕਮਿਊਨਿਟੀ ਯੂਜ਼ ਕਰਦੀ ਸੀ ਪਬਲਿਕ ਕਮਿਊਨੀਕੇਸ਼ਨ ਲਈ ਇੱਕ ਦੂਜੇ ਨਾਲ ਸੰਚਾਰ ਮਤਲਬ ਬੋਲਣ ਲਈ ਸੰਚਾਰ ਦੇ ਸਾਧਨ ਵਜੋਂ ਦਾ ਐਕੋਟੇਸ਼ਨ ਐਂਡ ਲਰਨਿੰਗ ਆਫ ਸੈਕੰਡ ਲੈਂਗੁਏਜ ਇਜ਼ ਡਨ ਵੈਨ ਦਾ ਫਰਸਟ ਲੈਂਗੁਏਜ ਇਜ਼ ਸਟੈਬਲਡ ਇਨ ਦਾ ਮਾਈਂਡ ਆਫ ਦਾ ਚਾਈਲਡ ਹਾਂਜੀ ਜੋ ਐਕੋਟੇਸ਼ਨ ਔਰ ਲਰਨਿੰਗ ਸੈਕੰਡ ਲੈਂਗੁਏਜ ਦੀ ਸ਼ੁਰੂ ਹੁੰਦੀ ਹੈ ਕਦੋਂ ਹੁੰਦੀ ਹੈ ਜਦੋਂ ਫਰਸਟ ਲੈਂਗੁਏਜ ਚੰਗੀ ਤਰ੍ਹਾਂ ਇ ਸਟੈਬਲਡ ਐਂਡ ਇਹ ਮਤਲਬ ਪੂਰੀ ਤਰ੍ਹਾਂ ਬਣ ਜਾਂਦੀ ਹੈ ਮਾਈਂਡ ਆਫ ਚਾਈਲਡਮ ਬੱਚੇ ਦੇ ਦਿਮਾਗ ਵਿੱਚ ਥਿਸ ਲੈਂਗੁਏਜ ਲਰਨਟ ਵੈਨ ਦਾ ਚਾਈਲਡ ਸਟਾਰਟਸ ਗੋਇੰਗ ਟੂ ਸਕੂਲ ਹਾਂਜੀ ਜਦੋਂ ਬੱਚਾ ਸਕੂਲ ਜਾਣ ਲੱਗਦਾ ਉਦੋਂ ਇਹ ਲੈਂਗੁਏਜ ਬੱਚੇ ਨੂੰ ਸਟਾਰਟ ਹੋ ਜਾਂਦੀ ਹੈ ਥਿਸ ਲੈਂਗੁਏਜ ਐਕਵਾਇਰਡ ਬਾਈ ਦਾ ਚਾਈਲਡ ਐਟ ਐਨੀ ਟਾਈਮ ਆਫਟਰ ਅ ਚਾਈਲਡ ਹੈਸ ਡਿਵੈਲਪਮੈਂਟ ਡਿਵੈਲਪਡ ਲੈਂਗੁਏਜ ਸਕਿਲਸ ਇਸ ਨੂੰ ਕੋਈ ਵੀ ਟਾਈਮ ਜੋ ਵੀ ਬੱਚਾ ਸਿੱਖਿਆ ਦਾ ਬਾਅਦ ਚ ਤੇ ਡਿਵੈਲਪਮੈਂਟ ਲੈਂਗੁਏਜ ਸਕਿਲਸ ਫਾਜਾ ਜੋ ਸਕਿੱਲਸ ਆ ਉਹਨਾਂ ਨੂੰ ਸਿੱਖਿਆ ਦਾ ਡਿਵੈਲਪ ਕਰ ਲੈਂਦਾ ਸਟੂਡੈਂਟਸ ਲਰਨਿੰਗ ਏ ਸੈਕੰਡ ਲੈਂਗੁਏਜ ਮੂਵ ਥਰੋ 5 ਪ੍ਰੇਡਿਕਏਬਲ ਸਟੇਜਸ ਪ੍ਰੀਪ੍ਰੋਡਕਸ਼ਨ अर्ली प्रोडक्शन स्पीच émergence ਇੰਟਰਮੀਡੀਏਟ ਫਲੂਐਂਸੀ ਐਂਡ ਐਡਵਾਂਸਡ ਫਲੂਐਂਸੀ ਹਾਂਜੀ ਇਹਨਾਂ ਨੇ ਸੈਕੰਡ ਜੋ ਲੈਂਗੁਏਜ ਸਿੱਖਣ ਦੀ ਪ੍ਰੋਸੈਸ ਨੂੰ ਪੰਜ ਟਾਈਪਸ ਵਿੱਚ ਵੰਡਿਆ ਪਹਿਲੀ ਕੀ ਹੈ ਪ੍ਰੀ ਪ੍ਰੋਡਕਸ਼ਨ ਹੈ ਕੀ ਹੈ ਫਿਰ अर्ली प्रोडक्शन ਹੈ ਸਪੀਚ ਅਮਰਜੈਂਸ ਹੈ ਇੰਟਰਮੀਡੀਏਸ਼ਨ ਇਨਫਲੂਐਂਸੀ ਐਂਡ ਐਡਵਾਂਸਡ ਫਲੂਐਂਸੀ ਐਂਡ ਸੀਟਡ ਐਂਡ ਰਿਪੀਟੇਟਲੀ ਹੈ ਹੀ ਰੈਡਲੀ ਮੈਨੇ ਇਹ ਇੱਕ ਦੂਸਰੇ ਨੋਟਸ ਵਿੱਚ ਮੈਂ ਤੁਹਾਨੂੰ ਕਰਾਵਾਂਗਾ ਐਕਸਪਰਟ ਦੀ ਕਿਤਾਬ ਵਿੱਚ ਹੈ ਹੀ ਇਨਫਲੂਐਂਸੀ ਕੀ ਹੁੰਦੀ ਹੈ ਐਡਵਾਂਸ ਔਰ अर्ली ਪ੍ਰੋਡਕਸ਼ਨ ਇਹਦੇ ਵਿੱਚ ਨਹੀਂ ਦੱਸਿਆ ਉਹ ਆਉਂਦੇ ਤੋਂ ਕੋਸ਼ਨ ਮੰਨਦੇ ਹਨ ਸੀਟਡ ਐਂਡ ਰਿਪੀਟਡ ਵਿੱਚ ਹਾਊ ਕਵਿਕਲੀ ਸਟੂਡੈਂਟਸ ਪ੍ਰੋਗਰੈਸ ਥਰੋ ਦਾ ਸਟੇਜਸ ਡਿਪੈਂਡਸ ਅਪੋਨ ਮੈਨੀ ਫੈਕਟਰਸ ਇਨਕਲੂਡਿੰਗ ਲੈਵਲ ਆਫ ਫੋਰਮਲ ਐਜੂਕੇਸ਼ਨ ਫੈਮਿਲੀ ਬੈਕਗਰਾਉਂਡ ਐਂਡ ਲੈਂਥ ਆਫ ਟਾਈਮ ਸਪੈਂਡ ਇਨ ਦਾ ਕੰਟਰੀ ਹਾਂਜੀ ਜੋ ਦੂਸਰੀ ਲੈਂਗੁਏਜ ਸਿੱਖਣ ਦੀ ਦਰ ਆ ਉਹ ਕਹਿੰਦੇ ਨਿਰਭਰ ਕਰਦੀ ਆ ਫੈਮਿਲੀ ਬੈਕਗਰਾਉਂਡ ਤੇ ਤੇ ਐਜੂਕੇਸ਼ਨ ਤੇ ਤੇ ਲੈਂਥ ਆਫ ਟਾਈਮ ਸਪੈਂਡ ਇਨ ਦਾ ਕੰਟਰੀ ਤੇ ਕੰਟਰੀ ਚ ਜੋ ਸਪੈਂਡ ਕਿੰਦਾ ਉਸ ਤੇ ਦਾ ਪੋਪੂਲਰ ਮੈਥੋਲੋਜੀ 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 ਜੀ ਫੋਰ ਲਰਨਿੰਗ ਏ ਸੈਕੰਡ ਲੈਂਗੁਏਜ ਇਜ਼ ਏ ਟੂ ਫੋਕਸ ਔਨ ਗ੍ਰਾਮਰ ਐਂਡ ਸੈਂਟੈਂਸਿਸ ਫਸਟ ਐਂਡ ਦੈਨ ਔਨ ਵੋਕੈਬਰਲੀ ਹਾਂਜੀ ਜੋ ਸੈਕੰਡ ਲੈਂਗੁਏਜ ਉਸ ਤੇ ਪਹਿਲਾਂ ਗ੍ਰਾਮਰ ਤੇ ਫੋਕਸ ਕੀਤਾ ਜਾਂਦਾ ਉਸ ਤੋਂ ਬਾਅਦ ਹੀ ਵੋਕੈਬਰਲੀ ਤੇ ਫੋਕਸ ਕੀਤਾ ਜਾਂਦਾ ਸਟੈਂਸ ਔਰ ਗ੍ਰਾਮਰ ਤੋਂ ਬਾਅਦ ਇਸ ਤੋਂ ਬਾਅਦ ਹੀ ਆਪਾਂ ਕਰਦੇ ਸੈਕੰਡ ਲੈਂਗੁਏਜ ਕਰ ਲਈ ਜੋ ਮਦਰ ਟੰਗ ਤੋਂ ਬਾਅਦ ਵਾਲੀ ਹੁੰਦੀ ਹੈ ਜੋ ਬੱਚਾ ਸਕੂਲ 'ਚ ਸਿੱਖਦਾ ਉਸ ਨੂੰ ਸੈਕੰਡ ਲੈਂਗੁਏਜ ਕਹਿੰਦਾ ਫੋਰ ਐਗਜ਼ਾਮਪਲ ਪੰਜਾਬ ਚ ਆਪਣੀ ਪੰਜਾਬੀ ਫਰਸਟ ਲੈਂਗੁਏਜ ਆ ਮੱਧਰ ਟਾਂਗ ਹੈ ਸੈਕੰਡ ਲੈਂਗੁਏਜ ਜੋ ਹਿੰਦੀ ਹੈ ਔਰ ਥਰਡ ਲੈਂਗੁਏਜ ਨੂੰ ਆਪਾਂ ਫੋਰਨ ਲੈਂਗੁਏਜ ਜਾਂ ਇੰਗਲਿਸ਼ ਲੈਂਗੁਏਜ ਕਹਿ ਸਕਦੇ ਆ ਫੋਰਨ ਲੈਂਗੁਏਜ ਕੀ ਹੈ ਇਹ ਫੋਰਨ ਲੈਂਗੁਏਜ ਇਜ਼ ਐਨੀ ਲੈਂਗੁਏਜ ਥੈਟ ਇਜ਼ ਨੋਟ ਨੇਟਿਵ ਟੂ ਅ ਪਾਰਟਿਕੂਲਰ ਰੀਜਨ ਔਰ ਪਰਸਨ ਫੋਰਨ ਲੈਂਗੁਏਜ ਜੋ ਹੈ ਇਜ਼ ਐਨੀ ਲੈਂਗੁਏਜ ਕੋਈ ਵੀ ਲੈਂਗੁਏਜ ਹੋ ਸਕਦੀ ਹੈ ਥੈਟ ਇਜ਼ ਨੋਟ ਨੇਟਿਵ ਜੋ ਵੀ ਨੇਟਿਵ ਹੈ ਉਸ ਦੇ ਉਹ ਨਹੀਂ ਹੁੰਦੀ ਤੇ ਪਾਰਟਿਕੂਲਰ ਰੀਜਨ ਜੋ ਵੀ ਪਾਰਟਿਕੂਲਰ ਰੀਜਨ ਹੈ ਉੱਥੋਂ ਦਾ ਖੇਤਰ ਹੈ ਉਹ ਦਿਨਾਂ ਨਾਲ ਰਿਲੇਟਡ ਨਹੀਂ ਹੁੰਦੀ ਲਰਨਿੰਗ ਆਫ ਅ ਫੋਰਨ ਲੈਂਗੁਏਜ ਇਜ਼ ਅ ਆਰਟੀਫੀਸ਼ੀਅਲ ਪ੍ਰੋਸੈਸ ਇਹ ਇੱਕ ਬਨਾਵਟੀ ਜੋ ਪ੍ਰੋਸੈਸ ਹੈ ਦਾ ਨੇਟਿਵ ਲੈਂਗੁਏਜ ਔਰ ਮਦਰ ਟੰਗ ਇਜ਼ ਲਰਨਡ ਨੇਚਰਲੀ ਬਟ ਅ ਫੋਰਨ ਲੈਂਗੁਏਜ ਇਜ਼ ਲਰਨਡ ਥਰੋ ਫਾਰਮਲ ਇਨਸਟਰਕਸ਼ਨਸ ਹਾਂਜੀ ਜੋ ਵੀ ਆਪਣੀ ਫਰਸਟ ਔਰ ਸੈਕੰਡ ਲੈਂਗੁਏਜ ਸੀ ਉਸ ਨੂੰ ਨੇਚਰਲੀ ਤੌਰ ਤੇ ਸਿੱਖਿਆ ਜਾ ਸਕਦਾ ਸੀ ਮਦਰ ਟੰਗ ਨੂੰ ਨੇਟਿਵ ਲੈਂਗੁਏਜ ਨੂੰ ਬਟ ਜੋ ਫੋਰਨ ਲੈਂਗੁਏਜ ਹੈ ਇਸ ਨੂੰ ਲਰਨਡ ਕਰਨ ਲਈ ਥਰੋ ਫਾਰਮਲ ਇਨਸਟਰਕਸ਼ਨ ਇਸ ਲਈ ਕੀ ਕਰ ਚਾਹੀਦਾ ਹੈ ਡੈਲੀਬਰੇਟ ਐਫਰਟਸ ਆਰ ਰਿਕੁਆਇਰ ਟੂ ਲਰਨ ਅ ਫੋਰਨ ਲੈਂਗੁਏਜ ਜੋ ਵੀ ਜਿਆਦਾ ਐਫਰਟਸ ਕਰਨੇ ਪੈਂਦੇ ਹਨ ਇਸ ਲਈ which requires instrumental approach this language is learnt as a student in normal school ਜੋ ਵੀ ਨੋਰਮਲ ਸਕੂਲ ਚ ਪੜਾਈ ਜਾਂਦੀ ਹੈ ਥਰੋ ਰੀਡਿੰਗ ਆਫ ਬੁక్స్ ਟੂ ਕਮਿਊਨੀਕੇਟ ਵਿਦ ਅਦਰ ਸਪੀਕਰਸ ਔਰ ਦਾ ਫੋਰਨ ਕੰਟਰੀ Foreign language instruction is often required or strongly encouraged in primary and secondary education. Primary te secondary education vich menu strongly recommend kita gaya hai. There are more than 600 languages in use around the globe. Pure vishva vich kende more than 6 arthovaad de bhasha boleyande han. Studying a foreign language is key to understanding and communication with the people who people who schools around the world encourage students to study at least one foreign language and doing is a requirement for many colleges or university schools and job bhi ohne ek foreign language sikhna zaruri kar ditti hai ਤੇ ਅਨਕ੍ਰੇਜ਼ ਕੀਤਾ ਹੈ ਸਟੂਡੈਂਟਸ ਨੂੰ ਸਟੱਡੀ ਕਰਨ ਲਈ ਐਡਲਿਸਟ ਵਨ ਫੋਰਨ ਲੈਂਗੁਏਜ ਐਂਡ ਡoing ਇਟ ਰਿਕੁਆਇਰਮੈਂਟ ਇਹਨਾਂ ਰਿਕੁਆਇਰਮੈਂਟ ਵੀ ਕਰ ਦਿੱਤਾ ਮੈਨਿਕਾਲਜੀ ਸੈਂਡ ਯੂਨੀਵਰਸਿਟੀ ਨੇ ਜ਼ਰੂਰੀ ਕਰ ਦਿੱਤਾ ਫੋਰਨ ਲੈਂਗੁਏਜ ਇਨਸਟਰਕਸ਼ਨਸ ਫੋਰ ਅਡਲਟਸ ਯਾਨੀ ਕਿ ਲੀਡਿਅਮ ਬੁక్స్ ਆਡੀਓਰ ਪ੍ਰੋਗਰਾਮਸ ਐਂਡ ਵੈਬਸਾਈਟਸ ਹਾਂਜੀ ਫੋਰਨ ਲੈਂਗੁਏਜ ਜੋ ਵੀ ਅਡਲਟਸ ਲਈ ਕਿ ਬੁਕਸ ਦੇ ਤੌਰ ਤੇ ਪ੍ਰੋਵਾਈਡ ਹੈ ਆਡੀਓ ਪ੍ਰੋਗਰਾਮ ਵੀ ਐਂਡ ਵੈਬਸਾਈਟਸ ਵੀ ਹਨ ਸਮ ਆਫ ਥੀਸ ਆਰ ਵੈਰੀ ਬੇਸਿਕ ਡਿਜ਼ਾਈਨਡ ਫੋਰ ਟੂਰਿਸਟ you need enough language to get during a brief visit to foreign country and some of these ki very basic jo simple di an design kitiya kade layi tourist layi jo thode koi samay layi language no during a brief visit jado vi oh jande an kisi dusre desh vich foreign country ch odo thoda sikhna ya bolna chahunde an us to baad the advanced courses includes intensive lessons in a classroom setting ਐਡਵਾਂਸ ਕੋਰਸ ਕਰਨਾ ਅਗਰ ਫੋਰਨ ਲੈਂਗੁਏਜ ਸਿੱਖਣ ਲਈ ਤਾਂ ਇਹਦੇ ਲਈ ਲੱਗ ਕਲਾਸਿਸ ਹੁੰਦੀਆਂ ਹਨ ਡਿਜ਼ਾਈਨ ਟੂ ਪ੍ਰੋਵਾਈਡ ਫਲੂਐਂਸੀ ਟੂ ਫਲੂਐਂਸੀ ਪ੍ਰੋਵਾਈਡ ਕਰਦੀਆਂ ਹਨ ਬੋਲਣ ਦੀ ਟੂ ਪੀਪਲ ਹੂ ਆਰ ਰੀ ਲੋਕੇਟਿੰਗ ਟੂ ਅ ਨਿਊ ਕੰਟਰੀ ਫॉर ਪਰਸਨਲ অর ਪ੍ਰੋਫੈਸ਼ਨਲ ਰੀਜ਼ਨ ਜੋ ਕਿ ਨਵੀਂ ਕੰਟਰੀ ਜਾਣਾ ਚਾਹੁੰਦੇ ਹਨ ਪਰਸਨਲ ਜਾਂ ਪ੍ਰੋਫੈਸ਼ਨਲ ਰੀਜ਼ਨਸ ਕਰਕੇ ਲੈਂਗੁਏਜ ਇਜ਼ ਟ੍ਰੀਟਡ ਐਜ਼ ਅ ਫੋਰਨ ਲੈਂਗੁਏਜ ਇਨ ਇੰਡੀਆ ਇੰਗਲਿਸ਼ ਇੰਗਲਿਸ਼ ਇਜ਼ ਅ ਲੈਂਗੁਏਜ ਐਜ਼ ਅ ਫੋਰਨ ਲੈਂਗੁਏਜ ਇਨ ਇੰਡੀਆ ਇੰਗਲਿਸ਼ ਨੂੰ ਜੀ ਫੋਰਨ ਲੈਂਗੁਏਜ ਦੇ ਤੌਰ ਤੇ ਵਰਤੇ ਜਾਂਦਾ ਹੈ ਇੰਗਲਿਸ਼ ਇੰਡੀਆ ਵਿੱਚ ਆਫ ਆਲ ਦਾ ਲੈਂਗੁਏਜ ਇਨ ਦਾ ਵਰਲਡ ਵਰਲਡ ਟੂਡੇ ਇੰਗਲਿਸ਼ ਡਿਸਰਵ ਟੂ ਬੀ ਰਿਗਾਰਡਡ ਐਜ਼ ਅ ਵਰਲਡ ਲੈਂਗੁਏਜ ਐਜ਼ ਇਟ ਇਜ਼ ਵਰਲਡ ਮੋਸਟ ਵਾਇਟਲੀ ਸਪੋਕਨ ਲੈਂਗੁਏਜ ਐਂਡ ਇਟ ਸਕੁਅਰਡ ਏ ਸਪੈਸ਼ਲ ਪਲੇਸ ਇਨ ਇੰਡੀਆ ਹਾਂਜੀ ਇੰਗਲਿਸ਼ ਜੋ ਹੈ ਉਹ ਫਾਲ ਦਾ ਲੈਂਗੁਏਜ ਜੋ ਵੀ ਲੈਂਗੁਏਜ ਬੋਲੇ ਜਾਂਦੀਆਂ ਨੇ ਇੰਦਾ ਵਰਲਡ ਟੂਡੇ ਇੰਗਲਿਸ਼ ਡਿਜ਼ਰਵ ਟੂ ਬੀ ਰਿਗਾਰਡਡ ਐਜ਼ ਏ ਵਰਲਡ ਲੈਂਗੁਏਜ ਇੰਗਲਿਸ਼ ਨੂੰ ਡਿਜ਼ਰਵ ਕਰਦੀ ਹੈ ਵਰਲਡ ਲੈਂਗੁਏਜ ਦੇ ਤੌਰ 'ਤੇ ਐਜ ਇਟ ਇਜ਼ ਵਰਲਡ ਮੋਸਟਲੀ ਵਾਈਡਲੀ ਸਪੋਕਨ ਜੋ ਕਿ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਪੂਰੇ ਸੰਸਾਰ 'ਚ ਅਤੇ ਇਟ ਸਕੁਐਡ ਏ ਸਪੈਸ਼ਲ ਪਲੇਸ ਇੰਨੇ ਜੀ ਸਪੈਸ਼ਲ ਪਲੇਸ ਵੀ ਲਿਆ ਹੋਇਆ ਕਹਿੰਦੇ 'ਚ ਇੰਡੀਆ 'ਚ ਇਟ ਹੈਜ਼ ਮੇਡ ਏ ਗਰੇਟ ਇਫੈਕਟ ਔਰ ਆਵਰ ਔਨ ਆਵਰ ਸੋਸ਼ਲ ਐਂਡ ਕਲਚਰਲ ਲਾਈਫ ਇੰਨੇ ਜੀ ਗਰੇਟ ਇਫੈਕਟ ਪਾਇਆ ਆਪਣੇ ਸੋਸ਼ਲ ਔਰ ਕਲਚਰਲ ਲਾਈਫ 'ਤੇ ਇਹ ਨੰਬਰ ਆਫ ਸਟੇਜਸ ਹੈਵ ਇੰਟਰੋਡਿਊਸਡ ਰੀਜਨਲ ਲੈਂਗੁਏਜ ਐਜ਼ ਅ ਮੀਡੀਅਮ ਆਫ ਇੰਸਟਰਕਸ਼ਨ ਬਟ ਇੰਗਲਿਸ਼ ਸਟਿਲ ਕੰਟੀਨਿਊ ਟੂ ਰਿਮੇਨ ਵਨ ਆਫ ਦਾ ਮੇਜਰ ਲੈਂਗੁਏਜ ਆਫ ਦਾ ਵਰਲਡ ਐਂਡ ਇੰਡੀਆ ਇਹ ਨੰਬਰ ਆਫ ਸਟੇਜਸ ਹੈਵ ਇੰਟਰੋਡਿਊਸ ਰੀਜਨਲ ਲੈਂਗੁਏਜ ਹਾਂਜੀ ਨੰਬਰ ਕਈ ਸਟੇਜਸ ਨੇ ਕਈ ਦੇਸ਼ਾਂ ਨੇ ਆਪਣੀ ਰੀਜਨਲ ਲੈਂਗੁਏਜ ਨੂੰ ਮੀਡੀਅਮ ਆਫ ਇੰਸਟਰਕਸ਼ਨ ਦੀ ਵਰਤਿਆ ਬਟ ਕੀ ਕਹਿੰਦੇ ਆ ਇੰਗਲਿਸ਼ ਸਟਿਲ ਕੰਟੀਨਿਊ ਇੰਗਲਿਸ਼ ਸਟਿਲ ਕੰਟੀਨਿਊ ਟੂ ਰਿਮੇਨ ਵਨ ਆਫ ਦਾ ਮੇਜਰ ਲੈਂਗੁਏਜ ਆਫ ਦਾ ਵਰਲਡ ਐਂਡ ਇੰਡੀਆ ਇੰਡੀਆ ਤੇ ਵਰਲਡ ਦੀ ਇੱਕ ਮੇਜਰ ਵੱਡੀ ਲੈਂਗੁਏਜ ਬਣੀ ਹੋਈ ਹੈ ਜੀ ਹਾਂ ਜੀ ਇਸ ਤੋਂ ਬਾਅਦ ਦੇਖ ਲਓ ਕੁਐਸਚਨ ਕਿਸ ਤਰ੍ਹਾਂ ਆਉਣਗੇ ਡਿਫਾਈਨ ਲੈਂਗੁਏਜ ਜੋ ਆਪ ਪਹਿਲੇ ਥਰਡ ਕਲਾਸ ਚ ਕੀਤਾ ਸੀ ਵਾਟ ਇਜ਼ ਇੰਪੋਰਟੈਂਸ ਆਫ ਲੈਂਗੁਏਜ ਇਹ ਵੀ ਥਰਡ ਕਲਾਸ ਚ ਕੀਤਾ ਸੀ ਇੰਪੋਰਟੈਂਸ ਵਾਲਾ ਅੱਜ ਕੀਤਾ ਸੱਚ ਫੋਰਥ ਕਲਾਸ ਚ ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਫਰਸਟ ਐਂਡ ਸੈਕੰਡ ਲੈਂਗੁਏਜ ਇਹ ਵੀ ਆਪ ਅੱਜ ਕੀਤਾ ਸੀ ਡਿਸਕਸ ਦਾ ਨੇਚਰ ਆਫ ਲੈਂਗੁਏਜ ਇਹ ਪਹਿਲਾਂ ਕੀਤਾ ਸੀ ਥਰਡ ਕਲਾਸ ਚ ਵਾਟ ਡੂ ਯੂ ਮੀਨ ਬਾਈ ਫੋਰੀਅਨ ਲੈਂਗੁਏਜ ਤੇ ਇਹ ਵੀ ਅੱਜ ਕੀਤਾ ਇਸ ਤਰ੍ਹਾਂ ਦੇ ਕੁਐਸਚਨ ਆਉਂਦੇ ਹਨ ਤਿੰਨ ਤਿੰਨ ਮਾਰਕਸ ਵਿੱਚ ਹਾਂਜੀ ਅਗਰ ਤੁਸੀਂ ETD ਫਸਟ ਔਰ ਸੈਕੰਡ ਈਅਰ ਦੇ ਸਟੂਡੈਂਟ ਤੋਂ ਚੈਨਲ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ETD ਫਸਟ ਔਰ ਸੈਕੰਡ ਈਅਰ ਦੇ ਸਾਰੇ ਸਬਜੈਕਟਸ ਦੀ ਤੁਹਾਨੂੰ ਇੱਥੇ ਵੀਡੀਓਸ ਮਿਲ ਜਾਣਗੀਆਂ ਤੇ ਇਸ ਦੇ ਨਾਲ ਹੀ ਤੁਸੀਂ ਜੀ ਵੀਡੀਓਸ ਨੂੰ ਲਾਈਕ ਔਰ ਸ਼ੇਅਰ ਤਾਂ ਕਰਨਾ ਹੀ ਨਹੀਂ ਇਸ ਬਾਰੇ ਮੈਂ ਕੀ ਬੋਲਾਂ ਥੈਂਕ ਯੂ ਜੀ